ओ गीता, मैनू बड़ा चंगा लग रहा है कि तुसी मेरे घर आए हो। पक्का अंकल, मैं तुहाडी मदद अते समझाउण लई इत्थे हां। गीता तुसी वेखो, मैनू बड़ा औखा लगदा है जदों मैं गड्डी द्वारा किते जाना हुंदा है। ओह अंकल, ए तुहाडी समस्या है, ए ओदे वांग गुंजलदार नहीं है। तुसी असल विच अपनियां टिकटां इंटरनेट इस्तेमाल करके बुक कर सकते हो अते उस समय विच फसलां दी कीमत भी पता कर सकते हो। ਕੀ ਇਹ ਮੁਮਕਿਨ ਹੈ? ਕਿਰਪਾ ਕਰਕੇ ਮੈਨੂੰ ਵਿਖਾਓ ਕਿ ਇਹ ਮੈਂ ਕਿਸ ਤਰ੍ਹਾਂ ਕਰ ਸਕਦਾ ਹਾਂ। ਚੰਗਾ, ਮੈਂ ਤੁਹਾਨੂੰ ਵਿਖਾਉਂਦੀ ਹਾਂ ਕਿ ਕਿਸ ਤਰ੍ਹਾਂ ਤੁਸੀਂ ਘਰ ਬੈਠੇ ਹੀ ਫਸਲਾਂ ਦੀ ਕੀਮਤ ਜਾਣ ਸਕਦੇ ਹੋ ਅਤੇ ਰੇਲ ਦੀਆਂ ਟਿਕਟਾਂ ਬੁੱਕ ਕਰ ਸਕਦੇ ਹੋ। ਗੀਤਾ, ਇਹ ਬਹੁਤ ਵੱਡੀ ਗੱਲ ਹੈ ਕਿ ਮੈਂ ਘਰ ਬੈਠੇ ਹੀ ਇੰਟਰਨੈਟ ਦਾ ਇਸਤੇਮਾਲ ਕਰਕੇ ਫਸਲਾਂ ਦੀਆਂ ਕੀਮਤਾਂ ਜਾਣ ਸਕਦਾ ਹਾਂ। ਬਿਲਕੁਲ ਠੀਕ ਅੰਕਲ, ਇਹ ਇੱਕ ਥਾਂ ਹੈ ਜਿੱਥੇ ਇੰਟਰਨੈਟ ਭਾਰਤੀ ਕਿਸਾਨਾਂ ਦੀ ਬਹੁਤ ਵੱਡੀ ਮਦਦ ਕਰ ਸਕਦਾ ਹੈ। ਵਾਕਈ, ਕਿਰਪਾ ਕਰਕੇ ਮੈਨੂੰ ਵਿਖਾਓ ਕਿ ਕਿਸ ਤਰ੍ਹਾਂ ਮੈਂ ਆਪਣੇ ਹਿੱਤ ਵਾਸਤੇ ਇੰਟਰਨੈਟ ਇਸਤੇਮਾਲ ਕਰ ਸਕਦਾ ਹਾਂ। ਜ਼ਰੂਰ ਅੰਕਲ, ਪਹਿਲਾਂ ਮੈਨੂੰ ਇਹ ਦੱਸਣ ਦਿਓ ਕਿ ਕਿਸ ਤਰ੍ਹਾਂ ਭਾਰਤ ਦਾ ਕ੍ਰਿਸ਼ੀ ਮੰਤਰਾਲਿਆ ਕਿਸਾਨਾਂ ਤੱਕ ਪਹੁੰਚਣ ਵਾਸਤੇ ਇੰਟਰਨੈਟ ਦਾ ਇਸਤੇਮਾਲ ਕਰ ਰਿਹਾ ਹੈ। ਤੁਸੀਂ ਵੇਖਦੇ ਹੋ ਕਿ ਭਾਰਤ ਦੀ 70% ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ ਅਤੇ ਖੇਤੀ ਅਤੇ ਹੋਰ ਧਾਰਨਾ ਵਾਲੀਆਂ ਗਤੀਵਿਧੀਆਂ ਉੱਤੇ ਨਿਰਭਰ ਕਰਦੀ ਹੈ। ਖੇਤੀਬਾੜੀ ਸੈਕਟਰ ਦੀ ਮਹੱਤਤਾ ਹੋਣ ਕਰਕੇ ਖੇਤੀਬਾੜੀ ਵਿਭਾਗ, ਕ੍ਰਿਸ਼ੀ ਮੰਤਰਾਲੇ ਅਤੇ ਭਾਰਤ ਸਰਕਾਰ ਰਲ ਕੇ ਰੋਜ਼ਾਨਾ ਖੇਤੀਬਾੜੀ ਦੇ ਅੰਕੜੇ ਰੱਖਦੇ ਹਨ ਅਤੇ ਇਹਨਾਂ ਨੂੰ ਪੋਰਟਲ www.agmark.net.nic.in ਦੇ ਜ਼ਰੀਏ ਹੋਲਡਰਸ ਤੱਕ ਪਹੁੰਚਾਉਣਾ ਸੌਖਾ ਬਣਾਉਂਦੇ ਹਨ। ਇਸ ਵੱਡੇ ਬੂਹੇ ਦੇ ਜ਼ਰੀਏ ਕਿਸਾਨ ਥੋਕ ਉਤਪਾਦਨ ਵਾਸਤੇ ਪੂਰੇ ਦੇਸ਼ ਦੇ ਵੱਡੇ ਬਾਜ਼ਾਰ ਦੀਆਂ ਸੂਚਨਾਵਾਂ ਪ੍ਰਾਪਤ ਕਰ ਸਕਦੇ ਹਨ। ਆਮ ਇੰਟਰਨੈਟ ਦੇ ਕਲੈਕਸ਼ਨ ਦੀ ਮਦਦ ਨਾਲ ਉਹ ਵੱਖ-ਵੱਖ ਉਤਪਾਦਨਾਂ ਦੇ ਰੋਜ਼ਾਨਾ ਦੇ ਬਾਜ਼ਾਰ ਮੁੱਲ ਸੌਖੇ ਹੀ ਪਤਾ ਕਰ ਸਕਦੇ ਹਨ ਅਤੇ ਫਿਰ ਖਰੀਦ ਵੇਚ ਦੇ ਫੈਸਲੇ ਦੀ ਸੂਚਨਾ ਦੇ ਸਕਦੇ। ਜਾਣਕਾਰੀ ਸਥਾਨਕ ਸਭਾਵਾਂ ਵਿੱਚ ਵੀ ਮਿਲ ਸਕਦੀ ਹੈ, ਜਿਵੇਂ ਹਿੰਦੀ, ਅੰਗਰੇਜ਼ੀ, ਪੰਜਾਬੀ, ਤੇਲਗੂ, ਤਮਿਲ ਅਤੇ ਦੂਜੀਆਂ ਭਾਰਤੀ ਭਾਸ਼ਾਵਾਂ। ਇਹ ਮੇਰੇ ਲਈ ਬੜੀ ਵੱਡੀ ਖਬਰ ਹੈ। ਪੱਕਾ ਇਹਨਾਂ ਕਦਮਾਂ ਤੇ ਚੱਲੋ। ਪਹਿਲਾਂ ਐਗਮਾਰਕਨੈਟ ਵੈਬ ਪੇਜ www.agmarknet.nic.in ਉੱਤੇ ਜਾਓ। ਫਿਰ ਡਾਟਾ ਵਾਈਜ ਪ੍ਰਾਈਜ਼ ਫਾਰ ਸਪੈਸੀਫਾਈਡ ਕਮੋਡਿਟੀ ਲਿੰਕ ਉੱਤੇ ਕਲਿੱਕ ਕਰੋ। ਇਹ ਤੁਹਾਨੂੰ ਮਾਰਕੀਟ ਬੁਲੇਟਿਨਸ ਵਰਗ ਦੇ ਤਹਿਤ ਦਿਸਦੇ ਪੰਨੇ ਉੱਤੇ ਮਿਲੇਗਾ। ਜਦੋਂ ਤੁਸੀਂ ਲਿੰਕ ਉੱਤੇ ਕਲਿੱਕ ਕਰੋਗੇ, ਇੱਕ ਨਵਾਂ ਪੰਨਾ ਖੁੱਲੇਗਾ। ਇਸ ਪੰਨੇ ਵਿੱਚ ਮਹੀਨਾ ਅਤੇ ਸਾਲ ਚੁਣੋ ਜਿਸ ਵਿੱਚ ਤੁਸੀਂ ਫਸਲ ਦਾ ਮੁੱਲ ਜਾਣਨਾ ਚਾਹੁੰਦੇ ਹੋ। ਇਸ ਤੋਂ ਬਾਅਦ ਤੁਹਾਨੂੰ ਰਾਜ ਦਾ ਨਾਂ ਚੁਣਨ ਲਈ ਵਿਕਲਪ ਮਿਲੇਗਾ। ਇਸ ਸੂਚੀ ਵਿੱਚੋਂ ਜਿਸ ਰਾਜ ਦੀ ਜਾਣਕਾਰੀ ਦੀ ਤੁਹਾਨੂੰ ਲੋੜ ਹੈ ਉਸ ਦਾ ਨਾਂ ਚੁਣੋ। ਇੱਥੇ ਅਸੀਂ ਉੱਤਰ ਪ੍ਰਦੇਸ਼ ਚੁਣਦੇ ਹਾਂ। ਰਾਜ ਚੁਣਨ ਤੋਂ ਬਾਅਦ ਇੱਕ ਹੋਰ ਡੱਬਾ ਦਿਸੇਗਾ ਜਿਸ ਵਿੱਚੋਂ ਤੁਸੀਂ ਚੀਜ਼ ਦੀ ਚੋਣ ਕਰਨੀ ਹੈ। ਚੀਜ਼ਾਂ ਦੀ ਸੂਚੀ ਵਿੱਚੋਂ ਚੌਲ ਉੱਤੇ ਕਲਿੱਕ ਕਰੋ। ਜਦੋਂ ਚੀਜ਼ ਚੌਲ ਦੀ ਚੋਣ ਹੋ ਜਾਂਦੀ ਹੈ ਤਾਂ ਸਬਮਿਟ ਬਟਨ ਉੱਤੇ ਕਲਿੱਕ ਕਰੋ। ਹੁਣ ਤੁਸੀਂ ਚੁਣੇ ਗਏ ਮਹੀਨੇ ਦੀਆਂ ਵੱਖ-ਵੱਖ ਤਰੀਕਾਂ ਵਿੱਚ ਉੱਤਰ ਪ੍ਰਦੇਸ਼ ਦੇ ਖੇਤੀ ਬਾਜ਼ਾਰ ਦੇ ਕੀ ਮੈਂ ਇਸ ਸਾਈਟ ਤੋਂ ਬਾਜ਼ਾਰ ਦੀਆਂ ਸਾਰੀਆਂ ਚੀਜ਼ਾਂ ਦੀ ਸੂਚਨਾ ਲੈ ਸਕਦਾ ਹਾਂ? ਜ਼ਰੂਰ ਅੰਕਲ, ਮੈਂ ਦੱਸਦੀ ਹਾਂ ਕਿਸ ਤਰ੍ਹਾਂ। ਜੇ ਤੁਸੀਂ ਬਾਜ਼ਾਰ ਵਿੱਚ ਸਾਰੀਆਂ ਚੀਜ਼ਾਂ ਦੇ ਮੁੱਲ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਮਾਰਕੀਟ ਬੁਲੇਟਿਨ ਸੈਕਸ਼ਨ ਵਿੱਚ ਜਾ ਕੇ ਮਾਰਕੀਟ ਵਾਈਜ਼ ਕਮੋਡਿਟੀ ਵਾਈਜ਼ ਡੇਲੀ ਰਿਪੋਰਟ ਉੱਤੇ ਕਲਿੱਕ ਕਰੋ। ਲਿੰਕ ਉੱਤੇ ਕਲਿੱਕ ਕਰਨ ਤੇ ਤੁਹਾਨੂੰ ਇੱਕ ਕਾਗਜ਼ ਮਿਲੇਗਾ ਜਿਵੇਂ ਇਹ ਵਿਖਾਇਆ ਗਿਆ ਹੈ। ਕੈਲੰਡਰ ਤੋਂ ਤਰੀਕ ਚੁਣੋ। ਤਰੀਕ ਚੁਣਨ ਤੇ ਇਸ ਦੇ ਹੇਠਾਂ ਰਾਜਾਂ ਦੀ ਇੱਕ ਸੂਚੀ ਦਿਸੇਗੀ। ਸੂਚੀ ਵਿੱਚੋਂ ਰਾਜ ਦਾ ਨਾਂ ਚੁਣੋ। ਇੱਥੇ ਉੱਤਰ ਪ੍ਰਦੇਸ਼ ਚੁਣਿਆ ਗਿਆ ਹੈ ਅਤੇ ਫਿਰ ਸਬਮਿਟ ਬਟਨ ਉੱਤੇ ਕਲਿੱਕ ਕਰ ਦਿਓ। ਸਕਰੀਨ ਉੱਤੇ ਬਾਜ਼ਾਰਾਂ ਦੀ ਇੱਕ ਸੂਚੀ ਦਿਸੇਗੀ। ਉਹਨਾਂ ਡੱਬਿਆਂ ਉੱਤੇ ਸਹੀ ਦਾ ਨਿਸ਼ਾਨ ਲਾਓ ਜਿਨ੍ਹਾਂ ਦੀ ਕੀਮਤ ਤੁਸੀਂ ਜਾਣਨਾ ਚਾਹੁੰਦੇ ਹੋ। ਫਿਰ ਸੂਚੀ ਦੇ ਹੇਠਾਂ ਸਬਮਿਟ ਬਟਨ ਉੱਤੇ ਕਲਿੱਕ ਕਰੋ।
ਜੇ ਤੁਸੀਂ ਇੱਕ ਰਾਜ ਤੋਂ ਵੱਧ ਰਾਜਾਂ ਦੇ ਨਾਂ ਚੁਣਨਾ ਚਾਹੁੰਦੇ ਹੋ ਤਾਂ CTRL ਕੀ ਨੂੰ ਦਬਾ ਕੇ ਰੱਖੋ ਅਤੇ ਰਾਜਾਂ ਦੇ ਨਾਂ ਉੱਤੇ ਕਲਿੱਕ ਕਰੋ। ਫਿਰ ਜਿਹੜੇ ਬਾਜ਼ਾਰ ਤੁਸੀਂ ਚੁਣੇ ਹਨ ਵੈਬਸਾਈਟ ਉਹਨਾਂ ਦੀ ਵੇਰਵੇ ਨਾਲ ਰਿਪੋਰਟ ਵਿਖਾਏਗੀ। ਹੁਣ ਮੈਂ ਵੇਖਦੀ ਹਾਂ ਇਸ ਸਾਈਟ ਦਾ ਇਸਤੇਮਾਲ ਕਰਦੇ ਹੋਏ ਪੰਜਾਬ ਵਿੱਚ ਮਕਈ ਦੀ ਫਸਲ ਦੀ ਬਾਜ਼ਾਰ ਵਿੱਚ ਮੌਜੂਦਾ ਕੀਮਤ ਪ੍ਰਾਪਤ ਕਰਨ ਦਾ ਯਤਨ ਕਰੋ। ਹਾਂ, ਮੈਂ ਕੋਸ਼ਿਸ਼ ਕਰਦਾ ਹਾਂ। ਕਦਮ 1 www.eggmarknet.nic.in ਖੋਲੋ। ਕਦਮ 2 ਵੈਬਸਾਈਟ ਵਿੱਚ ਡਾਟਾ ਵਾਈਜ਼ ਪ੍ਰਾਈਜ਼ਸ ਫਾਰ ਸਪੈਸੀਫਾਈਡ ਕਮੋਡਿਟੀ ਉੱਤੇ ਕਲਿੱਕ ਕਰੋ। ਕਦਮ 3 ਸਾਲ ਮਹੀਨਾ ਅਤੇ ਰਾਜ ਚੁਣੋ। ਕਦਮ 4 ਮਕਈ ਨੂੰ ਚੀਜ਼ ਦੇ ਤੌਰ ਤੇ ਚੁਣੋ। ਕਦਮ 5 ਸਬਮਿਟ ਉੱਤੇ ਕਲਿੱਕ ਕਰੋ ਤਾਂ ਨਤੀਜੇ ਦਿਸਣਗੇ। ਵਾਹ ਬਾਈ, ਹੁਣ ਤੁਸੀਂ ਫਸਲ ਬਾਜ਼ਾਰ ਦੀਆਂ ਮੌਜੂਦਾ ਕੀਮਤਾਂ ਜਾਣਨਾ ਸਿੱਖ ਗਏ ਹੋ। ਤੁਸੀਂ ਖੋਜਣ ਲਈ ਵੈਬਸਾਈਟ ਦੇ ਦੂਜੇ ਵਿਕਲਪਾਂ ਤੇ ਵੀ ਜਾ ਸਕਦੇ ਹੋ। ਅੱਜ ਕੱਲ ਕਈ ਵੈਬਸਾਈਟਸ ਉਪਲਬਧ ਹਨ ਜਿੱਥੋਂ ਕੋਈ ਵੀ ਮੌਜੂਦਾ ਮੌਸਮ ਬਾਰੇ ਸਹੀ ਸਮੇਂ ਦੀ ਸੂਚਨਾ ਪ੍ਰਾਪਤ ਕਰ ਸਕਦਾ ਹੈ, ਨਾਲ ਹੀ ਇਸ ਦਾ ਪਿਛਲਾ ਡਾਟਾ ਵੀ। ਭਾਰਤ ਵਿੱਚ ਖਾਸ ਵੈਬਸਾਈਟਸ ਹਨ www.weatheronline.in ਅਤੇ www.weatherforecastmap.com। ਦੀ ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ IMD ਭਾਰਤ ਸਰਕਾਰ ਦੇ ਅਰਥ ਸਾਇੰਸ ਮੰਤਰਾਲਿਆ ਦੇ ਹੇਠਾਂ ਹੈ। ਫੋਰ ਮੈਟਰੋਲੋਜੀਕਲ ਅਤੇ ਵੈਦਰ ਫੋਰਕਾਸਟਿੰਗ ਦੇ ਨਿਰੀਖਣ ਜ਼ਿੰਮੇਵਾਰ ਹਨ। ਸਾਰੇ ਡਾਟਾ ਇਨ੍ਹਾਂ ਦੀ ਵੈਬਸਾਈਟ www.imd.gov.in ਉੱਤੇ ਤਿਆਰ ਉਪਲਬਧ ਹਨ। ਵਾਕਈ ਮੈਂ ਸਾਈਟ ਤੋਂ ਮੌਸਮ ਦੀ ਸੂਚਨਾ ਪ੍ਰਾਪਤ ਕਰ ਸਕਦਾ ਹਾਂ। ਸੌਖਾ ਹੈ, ਬਸ ਇਨ੍ਹਾਂ ਨੂੰ ਚੇਤੇ ਰੱਖੋ। ਪਹਿਲਾਂ ਐਡਰੈਸ ਬਾਰ ਵਿੱਚ ਵੈਬਸਾਈਟਸ ਦਾ ਨਾਂ ਟਾਈਪ ਕਰੋ, ਸਕਰੀਨ ਦਿਸੇਗੀ। ਜੇ ਤੁਸੀਂ ਹਿੰਦੀ ਅਨੁਵਾਦ ਵਿੱਚ ਜਾਣਾ ਚਾਹੁੰਦੇ ਹੋ ਤਾਂ ਪੰਨੇ ਦੇ ਸੱਜੇ ਪਾਸੇ ਦਿਸਦੇ ਹਿੰਦੀ ਲਿੰਕ ਉੱਤੇ ਕਲਿੱਕ ਕਰੋ। ਇੱਥੇ ਸਭ ਤੋਂ ਉੱਤੇ ਅਤੇ ਪੰਨੇ ਦੇ ਖੱਬੇ ਪਾਸੇ ਤੁਹਾਡੇ ਪਹੁੰਚਣ ਲਈ ਕਈ ਸੂਚਨਾਵਾਂ ਹਨ। ਮੌਸਮ ਜਾਣਨ ਲਈ ਇੰਡੀਆ ਵੈਦਰ ਲਿੰਕ ਉੱਤੇ ਕਲਿੱਕ ਕਰੋ ਤਾਂ ਤੁਸੀਂ ਦੁਬਾਰਾ www.indiaweather.gov.in ਵੈਬਸਾਈਟ ਉੱਤੇ ਪਹੁੰਚ ਜਾਓਗੇ। ਹੁਣ ਡਿਪਾਰਟਮੈਂਟਲ ਵੈਬਸਾਈਟਸ ਟੈਬ ਉੱਤੇ ਜਾਓ ਅਤੇ ਆਪਣੇ ਮਹੱਤਵ ਦੇ ਸ਼ਹਿਰ ਉੱਤੇ ਕਲਿੱਕ ਕਰੋ। ਤੁਸੀਂ ਸਹੀ ਵੈਬਸਾਈਟ ਉੱਤੇ ਦੁਬਾਰਾ ਪਹੁੰਚ ਜਾਓਗੇ। ਮਿਸਾਲ ਦੇ ਤੌਰ ਤੇ ਅਸੀਂ ਅਹਿਮਦਾਬਾਦ ਰਾਜ ਨੂੰ ਚੁਣਾਂਗੇ। ਕਈ ਸੇਵਾਵਾਂ ਜਿਵੇਂ ਮਾਨਸੂਨ, ਅੰਦਾਜ਼ਨ ਸਥਾਨਕ ਮੌਸਮ, ਬੰਦਰਗਾਹ ਅਤੇ ਮੱਛੀ ਫੜਨ ਵਾਲੇ ਨੂੰ ਚੇਤਾਵਨੀ, ਹਫ਼ਤਾਵਾਰ ਮੌਸਮ ਰਿਪੋਰਟ ਇੱਥੇ ਪੰਨੇ ਦੇ ਖੱਬੇ ਪਾਸੇ ਦਿਸਦੀਆਂ ਹਨ। ਚਾਹੀਦੇ ਲਿੰਕ ਉੱਤੇ ਕਲਿੱਕ ਕਰਕੇ ਵਧੇਰੇ ਜਾਣਕਾਰੀ ਲਓ। ਸਾਰੇ ਰਾਜ ਦੇ ਮੌਸਮ ਦੀ ਜਾਣਕਾਰੀ ਵੇਖਣ ਲਈ ਸਟੇਟ ਫੋਰਕਾਸਟ ਲਿੰਕ ਉੱਤੇ ਕਲਿੱਕ ਕਰੋ ਅਤੇ ਹਫ਼ਤਾਵਾਰ ਮੌਸਮ ਰਿਪੋਰਟ ਡਾਊਨਲੋਡ ਕਰਨ ਲਈ ਵੀਕਲੀ ਵੈਦਰ ਰਿਪੋਰਟ ਬਟਨ ਉੱਤੇ ਕਲਿੱਕ ਕਰੋ। ਹੁਣ ਮੈਂ ਵੇਖਦੀ ਹਾਂ ਕਿ ਤੁਸੀਂ ਵੈਬਸਾਈਟ ਨੂੰ ਇਸਤੇਮਾਲ ਕਰਦੇ ਹੋਏ ਚੇਨਈ ਵਿੱਚ ਅਗਲੇ ਮਹੀਨੇ ਦੇ ਆਉਣ ਵਾਲੇ ਮੌਸਮ ਬਾਰੇ ਜਾਣਨ ਦੀ ਕੋਸ਼ਿਸ਼ ਕਰੋ। ਹਾਂ, ਮੈਨੂੰ ਯਤਨ ਕਰਨ ਦਿਓ। ਕਦਮ 1 www.imd.gov.in ਖੋਲੋ। ਕਦਮ 2 ਇੰਡੀਆ ਵੈਦਰ ਉੱਤੇ ਕਲਿੱਕ ਕਰੋ। ਕਦਮ 3 ਡਿਪਾਰਟਮੈਂਟਲ ਵੈਬਸਾਈਟ ਉੱਤੇ ਕਲਿੱਕ ਕਰੋ ਅਤੇ ਚੇਨਈ ਚੁਣੋ। ਕਦਮ 4 ਫੋਰਕਾਸਟ ਉੱਤੇ ਕਲਿੱਕ ਕਰੋ ਅਤੇ ਚਾਹੀਦੇ ਵਿਕਲਪ ਚੁਣੋ। ਇਸੇ ਤਰ੍ਹਾਂ ਤੁਸੀਂ ਹੋਮ ਪੇਜ ਉੱਤੇ ਦਿਸਦੇ ਚਾਹੀਦੇ ਲਿੰਕਾਂ ਉੱਤੇ ਕਲਿੱਕ ਕਰਕੇ ਵਧੇਰੇ ਸੂਚਨਾਵਾਂ ਪ੍ਰਾਪਤ ਕਰ ਸਕਦੇ ਹੋ। ਕੀ ਤੁਸੀਂ ਜਾਣਦੇ ਹੋ ਕਿ ਮਹਾਸਾਗਰ ਉੱਤੇ ਸਮਰੱਥ ਮੱਛੀਆਂ ਫੜਨ ਵਾਲੇ ਖੇਤਰਾਂ ਤੇ ਵੀ ਇੰਟਰਨੈਟ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ? ਸੱਚੀ? ਕਿਸ ਤਰ੍ਹਾਂ? ਇੰਡੀਆ ਨੈਸ਼ਨਲ ਸੈਂਟਰ ਫਾਰ ਓਸ਼ੀਅਨ ਇਨਫਾਰਮੇਸ਼ਨ ਸਰਵਿਸ ਵੈਬਸਾਈਟ ਉੱਤੇ ਜਾਓ। ਇਹ ਅਰਥ ਸਾਇੰਸ ਮੰਤਰਾਲਿਆ ਦੀ ਸਵਰਾਜ ਸੰਸਥਾ ਹੈ
www.inquires.gov.in. ਸੂਚਨਾ ਤੱਕ ਪਹੁੰਚਣ ਵਾਸਤੇ ਇਹ ਕਦਮ ਹਨ। ਪਹਿਲਾਂ ਐਡਰੈਸ ਬਾਰ ਵਿੱਚ www.inquires.gov.in ਟਾਈਪ ਕਰੋ। ਇਹ ਸਕਰੀਨ ਦਿਸੇਗੀ। ਸਮਰੱਥ ਮੱਛੀਆਂ ਫੜਨ ਵਾਲੇ ਖੇਤਰ ਨਾਲ ਸੰਬੰਧਿਤ ਜਾਣਕਾਰੀ ਖੋਜਣ ਵਾਸਤੇ ਪੋਟੈਂਸ਼ੀਅਲ ਫਿਸ਼ਿੰਗ ਜ਼ੋਨ ਵਿੱਚ ਜਾਓ, ਜੋ ਐਡਵਾਈਜ਼ਰੀ ਸਰਵਿਸਿਜ਼ ਵਰਗ ਦੇ ਤਹਿਤ ਹੈ। ਸਮੁੰਦਰ ਦੇ ਕੰਢੇ ਦਾ ਅੰਦਾਜ਼ਾ ਲਾਉਣ ਵਾਸਤੇ ਐਡਵਾਈਜ਼ਰੀ ਸਰਵਿਸਿਜ਼ ਵਰਗ ਦੇ ਤਹਿਤ ਓਸ਼ੀਅਨ ਸਟੇਟ ਫੋਰਕਾਸਟ ਵਿੱਚ ਜਾਓ। ਓ ਹੈਲੋ ਰੋਹਨ, ਤੁਸੀਂ ਇੱਥੋਂ ਕੀ ਖਰੀਦਿਆ? ਓ ਦੀਦੀ, ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਇੱਥੇ ਮਿਲ ਗਏ। ਮੈਨੂੰ ਤੁਹਾਡੇ ਤੋਂ ਮਦਦ ਦੀ ਲੋੜ ਹੈ। ਦੀਦੀ, ਕੀ ਮੈਂ ਇੰਟਰਨੈਟ ਤੋਂ ਸਿੱਖਿਆ ਨਾਲ ਸੰਬੰਧਿਤ ਕੋਈ ਜਾਣਕਾਰੀ ਪ੍ਰਾਪਤ ਕਰ ਸਕਦਾ ਹਾਂ? ਹਾਂ ਰਾਹੁਲ, ਸਿਰਫ ਇਸ ਸਾਈਟ ਉੱਤੇ ਪਧਾਰੋ ਅਤੇ ਇਨ੍ਹਾਂ ਕਦਮਾਂ ਉੱਤੇ ਚੱਲੋ। ਪਹਿਲਾਂ www.shiksha.com ਵੈਬਸਾਈਟ ਉੱਤੇ ਆਓ। ਪੰਨੇ ਦੇ ਬਿਲਕੁਲ ਉੱਤੇ ਬਹੁਤ ਸਾਰੀਆਂ ਟੈਬਸ ਦਿੱਤੀਆਂ ਗਈਆਂ ਹਨ। ਸਹੀ ਸੂਚਨਾ ਪ੍ਰਾਪਤ ਕਰਨ ਵਾਸਤੇ ਇਹਨਾਂ ਨੂੰ ਜ਼ਰੀਆ ਬਣਾਓ। ਹੋਮ ਟੈਬ ਵਿੱਚ ਸਰਚ ਬਾਰ ਦਿੱਤਾ ਗਿਆ ਹੈ। ਇੰਸਟੀਟਿਊਟ ਦਾ ਨਾਂ ਜਾਂ ਕੋਰਸ ਦਾ ਨਾਂ ਐਂਟਰ ਕਰੋ ਜਿਨ੍ਹਾਂ ਦੇ ਬਾਰੇ ਤੁਸੀਂ ਬਹੁਤੀ ਜਾਣਕਾਰੀ ਲੈਣਾ ਚਾਹੁੰਦੇ ਹੋ। ਸਟੱਡੀ ਇਨ ਇੰਡੀਆ ਅਤੇ ਸਟੱਡੀ ਐਬਰਾਡ ਵਿਕਲਪ ਵੀ ਦਿੱਤੇ ਹੋਏ ਹਨ, ਜਿਨ੍ਹਾਂ ਤੋਂ ਤੁਸੀਂ ਭਾਰਤ ਅਤੇ ਵਿਦੇਸ਼ਾਂ ਵਿੱਚ ਮੌਜੂਦ ਇੰਸਟੀਟਿਊਟ ਅਤੇ ਕੋਰਸਾਂ ਬਾਰੇ ਸੂਚਨਾਵਾਂ ਪ੍ਰਾਪਤ ਕਰ ਸਕਦੇ ਹੋ। MBA ਟੈਬ ਵਿੱਚ ਵੱਖ ਵੱਖ MBA ਕੋਰਸਾਂ ਅਤੇ ਕਾਲਜਾਂ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਗਈ ਹੈ। ਤੁਸੀਂ ਇੰਸਟੀਟਿਊਟ ਦੀ ਸੂਚੀ ਵੇਖ ਸਕਦੇ ਹੋ ਜਿਸ ਵਿੱਚ ਖਾਸ ਕੋਰਸ ਅਤੇ ਖਾਸ ਇਮਤਿਹਾਨ ਨੂੰ ਸਵੀਕਾਰ ਕਰਨ ਦਾ ਪ੍ਰਸਤਾਵ ਹੈ। ਆਫਟਰ 12th ਟੈਬ ਵਿੱਚ 12ਵੀਂ ਪਾਸ ਕਰਨ ਤੋਂ ਬਾਅਦ ਕੀਤੇ ਜਾਣ ਵਾਲੇ ਕਈ ਕੋਰਸਾਂ ਨਾਲ ਸੰਬੰਧਿਤ ਸੂਚਨਾ ਦਿੱਤੀ ਗਈ ਹੈ। ਕੋਰਸਾਂ ਬਾਰੇ ਜ਼ਿਆਦਾ ਜਾਣਕਾਰੀ ਲਈ ਲਿੰਕ ਉੱਤੇ ਕਲਿੱਕ ਕਰੋ। ਕੈਰੀਅਰ ਸੈਂਟਰਲ ਟੈਬ ਕਈ ਖੇਤਰਾਂ ਅਤੇ ਕੋਰਸਾਂ ਨਾਲ ਸੰਬੰਧਿਤ ਜਾਣਕਾਰੀ ਪ੍ਰਦਾਨ ਕਰਦਾ ਹੈ ਜਿਨ੍ਹਾਂ ਵਿੱਚੋਂ ਤੁਸੀਂ ਚੁਣ ਸਕਦੇ ਹੋ। ਟੌਪ ਇੰਸਟੀਟਿਊਟਸ ਟੈਬ ਦਾ ਇਸਤੇਮਾਲ ਕਰਦੇ ਹੋਏ ਤੁਸੀਂ ਕਈ ਖੇਤਰਾਂ ਜਿਵੇਂ MBA, BE, BTech ਜਾਂ LLB ਲਈ ਕਿਹੜਾ ਟੌਪ ਦਾ ਇੰਸਟੀਟਿਊਟ ਹੈ ਇਹ ਵੀ ਲੱਭ ਸਕਦੇ ਹੋ। ਹੋਮ ਪੇਜ ਉੱਤੇ ਹੇਠ ਹੁਣ ਮੈਂ ਵੇਖਦੀ ਹਾਂ ਕਿ ਸ਼ਿਕਸ਼ਾ ਵੈਬਸਾਈਟ ਇਸਤੇਮਾਲ ਕਰਦੇ ਹੋਏ ਬੰਗਲੌਰ ਵਿੱਚ ਆਰਕੀਟੈਕਚਰ ਕੋਰਸਾਂ ਨੂੰ ਲੱਭਣ ਦੀ ਕੋਸ਼ਿਸ਼ ਤੁਸੀਂ ਕਿਸ ਤਰ੍ਹਾਂ ਕਰਦੇ ਹੋ? ਕਿਉਂ ਨਹੀਂ, ਮੈਂ ਕੋਸ਼ਿਸ਼ ਕਰਦਾ। ਕਦਮ 1 http://www.shiksha.com/ ਖੋਲੋ। ਕਦਮ 2 ਆਲ ਕੋਰਸਿਸ ਉੱਤੇ ਕਲਿੱਕ ਕਰੋ ਅਤੇ ਫਿਰ ਡ੍ਰੌਪ ਡਾਊਨ ਮੈਨਿਊ ਤੋਂ ਸਾਇੰਸ ਐਂਡ ਇੰਜੀਨੀਅਰਿੰਗ ਚੁਣੋ ਅਤੇ ਫਿਰ ਆਰਕੀਟੈਕਚਰ ਉੱਤੇ ਕਲਿੱਕ ਕਰੋ। ਕਦਮ 3 ਸ਼ਹਿਰਾਂ ਦੀ ਸੂਚੀ ਵਿੱਚੋਂ ਬੈਂਗਲੌਰ ਚੁਣੋ ਅਤੇ ਫਿਰ ਪ੍ਰੋਸੀਡ ਬਟਨ ਉੱਤੇ ਕਲਿੱਕ ਕਰੋ। ਤੁਹਾਨੂੰ ਲੋੜੀਂਦੀ ਜਾਣਕਾਰੀ ਮਿਲ ਜਾਏਗੀ। ਅੱਜਕੱਲ ਬਹੁਤ ਸਾਰੀਆਂ ਵੈਬਸਾਈਟਸ ਉਪਲਬਧ ਹਨ ਜਿਹੜੀਆਂ ਲੱਭੀ ਜਾਣ ਵਾਲੀਆਂ ਨੌਕਰੀਆਂ ਲਈ ਸਹੂਲਤਾਂ ਅਤੇ ਹੋਰ ਕੈਰੀਅਰ ਨਾਲ ਸੰਬੰਧਿਤ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਮਸਲਨ ਇਹ ਵੈਬਸਾਈਟਸ ਹਨ www.employmentnews.com, www.naukri.com ਅਤੇ www.timesjob.com। ਕੁਝ ਵੈਬਸਾਈਟਸ ਇਸ ਤਰ੍ਹਾਂ ਦੀਆਂ ਹਨ ਜਿਹੜੀਆਂ ਸਿਰਫ ਪਿੰਡ ਦੇ ਬਾਜ਼ਾਰ ਦਾ ਪ੍ਰਬੰਧ ਕਰਦੀਆਂ ਹਨ, ਜਿਵੇਂ www.ruralnaukri.com। ਆਪਣੇ ਵੈਬ ਬਰਾਊਜ਼ਰ ਵਿੱਚ ਐਡਰੈਸ ਬਾਰ ਵਿੱਚ ਜਾ ਕੇ www.employmentnews.com ਟਾਈਪ ਕਰੋ। ਹੋਮ ਪੇਜ ਦੇ ਵਿੱਚ ਲਾਭਕਾਰੀ ਸੂਚਨਾ ਅਤੇ ਲਿੰਕਸ ਨਾਲ ਕਈ ਵਰਗ ਦਿਸਣਗੇ। ਕਿਸੇ ਇੱਕ ਲਿੰਕ ਉੱਤੇ ਕਲਿੱਕ ਕਰੋ ਜਿਹੜਾ ਤੁਹਾਡੇ ਲਈ ਸਹੀ ਹੋਵੇ, ਜਿਸ ਦੇ ਬਾਰੇ ਤੁਸੀਂ ਜ਼ਿਆਦਾ ਸਿੱਖ ਸਕੋ। ਵੱਖ ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਿੱਤੇ ਗਏ ਇਮਤਿਹਾਨਾਂ ਦੇ ਨਤੀਜੇ
ਅਤੇ ਦਾਖਲੇ ਦੀ ਸੂਚੀ ਵੇਖਣ ਵਾਸਤੇ ਐਡਮਿਸ਼ਨ ਐਂਡ ਰਿਜ਼ਲਟ ਟੈਬ ਉੱਤੇ ਜਾਓ। ਕੈਰੀਅਰ ਨਾਲ ਸੰਬੰਧਿਤ ਜਾਣਕਾਰੀਆਂ ਵਾਸਤੇ ਕੈਰੀਅਰ ਲਿੰਕਸ ਟੈਬ ਉੱਤੇ ਜਾਓ, ਜਿੱਥੇ ਅਕਾਦਮਿਕ, ਹਵਾਈ ਸੇਵਾ, ਬੈਂਕਿੰਗ, ਸਿਵਲ ਸੇਵਾਵਾਂ, ਸੁਰੱਖਿਆ ਅਤੇ ਇੰਜੀਨੀਅਰਿੰਗ ਨਾਲ ਸੰਬੰਧਿਤ ਖਾਸ ਵੈਬਸਾਈਟਸ ਦੇ ਲਿੰਕ ਦਿੱਤੇ ਗਏ ਹਨ। ਇੰਪਲਾਇਮੈਂਟ ਨਿਊਜ਼ ਰੋਜ਼ਗਾਰ ਸਮਾਚਾਰ ਵੇਖਣ ਲਈ ਹੋਮ ਪੇਜ ਉੱਤੇ ਸੱਜੇ ਪਾਸੇ ਨੁੱਕਰ ਵਿੱਚ ਸਥਿਤ ਸਬਸਕ੍ਰਿਪਸ਼ਨ ਉੱਤੇ ਜਾਓ ਅਤੇ ਸੂਚੀ ਵਿੱਚ ਦਿੱਤੇ ਜ਼ਰੂਰੀ ਕਦਮਾਂ ਉੱਤੇ ਚੱਲੋ। ਤੁਸੀਂ ਇੰਪਲਾਇਮੈਂਟ ਨਿਊਜ਼ ਰੋਜ਼ਗਾਰ ਸਮਾਚਾਰ ਦਾ ਈ ਅਨੁਵਾਦ ਵੀ ਪ੍ਰਾਪਤ ਕਰ ਸਕਦੇ ਹੋ। ਇਹਦੇ ਵਾਸਤੇ ਈ ਵਰਜ਼ਨ ਟੈਬ ਉੱਤੇ ਜਾਓ ਅਤੇ ਯੂਜ਼ਰਨੇਮ ਅਤੇ ਪਾਸਵਰਡ ਇਸਤੇਮਾਲ ਕਰਦੇ ਹੋਏ ਲੌਗਇਨ ਕਰੋ। ਹੁਣ ਮੈਂ ਵੇਖਦੀ ਹਾਂ ਕਿ ਤੁਸੀਂ ਰੋਜ਼ਗਾਰ ਸਮਾਚਾਰ ਵੈਬਸਾਈਟ ਦਾ ਇਸਤੇਮਾਲ ਕਰਦੇ ਹੋਏ ਨਵੀਆਂ ਨੌਕਰੀਆਂ ਕਿਸ ਤਰ੍ਹਾਂ ਲੱਭਦੇ ਹੋ। ਹਾਂ, ਮੈਂ ਪੱਕਾ ਕਹਿ ਸਕਦਾ ਹਾਂ ਕਿ ਇਹ ਮੈਂ ਆਪੇ ਕਰ ਸਕਦਾ। ਕਦਮ 1 http://www.employmentnews.gov.in ਖੋਲੋ। ਕਦਮ 2 ਨਵੀਆਂ ਸਰਕਾਰੀ ਨੌਕਰੀਆਂ ਨਾਲ ਸੰਬੰਧਿਤ ਜਾਣਕਾਰੀ ਲੱਭਣ ਲਈ ਹੋਮ ਪੇਜ ਨੂੰ ਤਾਂ ਥਾਂ ਖਿਸਕਾਓ। ਇਸੇ ਤਰ੍ਹਾਂ ਤੁਸੀਂ ਵੈਬਸਾਈਟ ਉੱਤੇ ਉਪਲਬਧ ਹੋਰ ਮਹੱਤਵਪੂਰਨ ਵਿਸ਼ੇਸ਼ਤਾਵਾਂ ਵਾਸਤੇ ਕੋਸ਼ਿਸ਼ ਕਰ ਸਕਦੇ ਹੋ ਅਤੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਮੈਂ ਤੁਹਾਨੂੰ ਵਿਖਾਉਂਦੀ ਹਾਂ ਕਿ ਤੁਸੀਂ ਨੌਕਰੀ.com ਸਾਈਟ ਦਾ ਇਸਤੇਮਾਲ ਕਿਸ ਤਰ੍ਹਾਂ ਕਰ ਸਕਦੇ ਹੋ। ਪਹਿਲਾਂ ਐਡਰੈਸ ਬਾਰ ਵਿੱਚ www.naukri.com ਟਾਈਪ ਕਰੋ। ਤੁਸੀਂ ਅਹੁਦੇ, ਕੌਸ਼ਲ, ਥਾਂ, ਨੌਕਰੀ ਦੇ ਵਰਗ ਅਤੇ ਤਨਖਾਹ ਕਿੰਨੀ ਚਾਹੁੰਦੇ ਹੋ, ਇਹਨਾਂ ਸਭ ਦੇ ਆਧਾਰ ਉੱਤੇ ਤੁਸੀਂ ਮਨਪਸੰਦ ਨੌਕਰੀ ਲੱਭ ਸਕਦੇ ਹੋ। ਤੁਸੀਂ ਨੌਕਰੀ ਦੇ ਕਈ ਤਰੀਕੇ ਇਸਤੇਮਾਲ ਕਰ ਸਕਦੇ ਹੋ। ਸਰਚ, ਜਿਹੜਾ ਹੋਮ ਪੇਜ ਦੇ ਹੇਠਾਂ ਦਰਸਾਇਆ ਗਿਆ ਹੈ, ਲੱਭਣ ਲਈ ਉਪਲਬਧ ਹੈ। ਜੇ ਤੁਸੀਂ ਭਰਤੀ ਕਰਨ ਵਾਲੇ ਦੀ ਖੋਜ ਕਰਨਾ ਚਾਹੁੰਦੇ ਹੋ ਤਾਂ ਸਰਚ ਰਿਕਰੂਟਰਸ ਬਟਨ ਦੱਬੋ। ਵਧੇਰੇ ਸੁਥਰੀ ਖੋਜ ਲਈ ਫਿਲਟਰ ਦਾ ਇਸਤੇਮਾਲ ਕਰੋ। ਜੇ ਤੁਸੀਂ ਆਪਣਾ ਵੇਰਵਾ ਪੋਸਟ ਕਰਨਾ ਚਾਹੁੰਦੇ ਹੋ ਤਾਂ ਹੋਮ ਪੇਜ ਵਿੱਚ ਪੋਸਟ ਰਿਜ਼ਿਊਮ ਟੈਬ ਉੱਤੇ ਜਾਓ ਅਤੇ ਰਿਜ਼ਿਊਮ ਪੇਜ ਵਿੱਚ ਮੰਗੀ ਗਈ ਜਾਣਕਾਰੀ ਭਰੋ ਅਤੇ ਆਪਣਾ ਵੇਰਵਾ ਅਪਲੋਡ ਕਰੋ। ਜੇ ਤੁਸੀਂ ਲੌਗਇਨ ਜਾਂ ਰਜਿਸਟਰ ਕਰਨਾ ਚਾਹੁੰਦੇ ਹੋ, ਜੌਬ ਸੀਕਰ ਲੌਗਇਨ ਟੈਬ ਉੱਤੇ ਜਾਓ ਅਤੇ ਲੌਗਇਨ ਕਰੋ। ਵੈਬਸਾਈਟ ਦੀਆਂ ਦੂਜੀਆਂ ਵਿਸ਼ੇਸ਼ਤਾਵਾਂ ਜਿਵੇਂ ਵੇਰਵਾ ਲਿਖਣਾ, ਪ੍ਰੋਫਾਈਲ ਵਾਧਾ, ਭਰਤੀਕਰਤਾ ਤੱਕ ਪਹੁੰਚ ਜਾਂ ਕੈਰੀਅਰ ਵਾਸਤੇ ਸਲਾਹ ਆਦਿ ਇਸਤੇਮਾਲ ਕਰਨ ਵਾਸਤੇ ਫਾਸਟ ਫਾਰਵਰਡ ਟੈਪ ਉੱਤੇ ਜਾਓ। ਸਿੱਖਿਆ ਨਾਲ ਸੰਬੰਧਿਤ ਸੂਚਨਾਵਾਂ ਲੱਭਣ ਵਾਸਤੇ ਲਰਨਿੰਗ ਟੈਬ ਉੱਤੇ ਜਾਓ। ਇਸ ਵਰਗ ਵਿੱਚ ਕਈ ਕੋਰਸਾਂ ਅਤੇ ਭਾਰਤ ਅਤੇ ਭਾਰਤ ਤੋਂ ਬਾਹਰ ਦੇ ਕਾਲਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਕਦਮ 1 www.ruralnaukri.com ਵੈਬਸਾਈਟ ਉੱਤੇ ਜਾਓ। ਈਮੇਲ ਰਾਹੀਂ ਨੌਕਰੀਆਂ ਖੁੱਲ੍ਹਣ ਦੀ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਆਪਣੇ ਆਪ ਨੂੰ ਇੰਪਲੋਈ ਰਜਿਸਟ੍ਰੇਸ਼ਨ ਟੈਬ ਉੱਤੇ ਰਜਿਸਟਰ ਕਰੋ। ਜੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਲਿਆ ਹੈ ਤਾਂ ਵੈਬਸਾਈਟ ਦੇ ਖੱਬੇ ਪਾਸੇ ਦਿੱਤੇ ਗਏ ਮੈਂਬਰ ਲੌਗਇਨ ਦੇ ਤਹਿਤ ਆਪਣਾ ਯੂਜ਼ਰਨੇਮ ਅਤੇ ਪਾਸਵਰਡ ਇਸਤੇਮਾਲ ਕਰਦੇ ਹੋਏ ਲੌਗਇਨ ਕਰੋ। ਹਾਲ ਵਿੱਚ ਹੀ ਖੁੱਲ੍ਹੀਆਂ ਨੌਕਰੀਆਂ ਦਾ ਵੇਰਵਾ ਵੇਖਣ ਵਾਸਤੇ ਵੈਕੈਂਸੀਜ਼ ਟੈਬ ਉੱਤੇ ਜਾਓ, ਜਿੱਥੇ ਨੌਕਰੀ ਦਾ ਅਹੁਦਾ, ਸੰਗਠਨ ਅਤੇ ਸਥਾਨ ਬਾਰੇ ਜ਼ਿਕਰ ਕੀਤਾ ਹੋਵੇਗਾ। ਕੈਰੀਅਰ ਨਾਲ ਸੰਬੰਧਿਤ ਕਈ ਖਾਸੀਅਤਾਂ, ਬਣਾਉਣੀ ਇੰਟਰਵਿਊ, ਸਲਾਹਾਂ ਅਤੇ ਰਿਜ਼ਿਊਮ ਦੀ ਮਸ਼ਹੂਰੀ ਤੱਕ ਪਹੁੰਚਣ ਲਈ ਇੰਪਲੋਈਜ਼ ਸਰਵਿਸਿਜ਼ ਵਰਗ ਉੱਤੇ ਜਾਓ, ਜਿਹੜਾ ਵੈਬਸਾਈਟ ਦੇ ਸੱਜੇ ਪਾਸੇ ਦਿੱਤਾ ਹੋਇਆ ਹੈ। ਹੁਣ www.naukri.com ਵੈਬਸਾਈਟ ਦਾ ਇਸਤੇਮਾਲ ਕਰਦੇ ਹੋਏ ਮੁੰਬਈ ਵਿੱਚ ਕੰਪਿਊਟਰ ਚਲਾਉਣ ਵਾਲੀਆਂ ਨੌਕਰੀਆਂ ਲੱਭੋ। ਕਦਮ 1 http://www.naukri.com/ ਖੋਲੋ। ਕਦਮ 2 ਕੀਵਰਡ ਖੇਤਰ ਵਿੱਚ ਕੰਪਿਊਟਰ ਆਪਰੇਟਰ ਦਾਖਲ ਕਰੋ ਅਤੇ ਲੋਕੇਸ਼ਨ ਖੇਤਰ ਵਿੱਚ ਮੁੰਬਈ ਦਾਖਲ ਕਰੋ। ਕਦਮ 3 ਸਰਚ ਬਟਨ ਉੱਤੇ ਕਲਿੱਕ ਕਰੋ, ਤੁਹਾਨੂੰ ਚਾਹੀਦੇ ਨਤੀਜੇ ਮਿਲ ਜਾਣਗੇ। ਹੁਣ ਮੈਂ ਨਿਸ਼ਚਿੰਤ ਹਾਂ
ਤੁਸੀਂ ਇੰਟਰਨੈਟ ਉੱਤੇ ਖੇਤੀਬਾੜੀ ਅਤੇ ਰੋਜ਼ਗਾਰ ਨਾਲ ਸੰਬੰਧਿਤ ਸੂਚਨਾਵਾਂ ਲੱਭਣਾ ਜਾਣ ਗਏ ਹੋ। ਚਲੋ ਆਪਣੇ ਆਪ ਨੂੰ ਇਸ ਗਤੀਵਿਧੀ ਨਾਲ ਦੁਬਾਰਾ ਤਾਜ਼ਾ ਕਰ ਲਈਏ। ਗੀਤਾ, ਕੀ ਅਸੀਂ ਇੰਟਰਨੈਟ ਦੇ ਰਾਹੀਂ ਆਪਣੇ ਬਿਜਲੀ ਅਤੇ ਟੈਲੀਫੋਨ ਦੇ ਬਿੱਲ ਵੀ ਅਦਾ ਕਰ ਸਕਦੇ ਹਾਂ? ਬਿਲਕੁਲ, ਤੁਸੀਂ ਇੰਟਰਨੈਟ ਦੇ ਜ਼ਰੀਏ ਬਿੱਲ ਅਦਾ ਕਰ ਸਕਦੇ ਹੋ। ਮੈਂ ਤੁਹਾਨੂੰ ਵਿਖਾਉਂਦੀ ਹਾਂ ਕਿਸ ਤਰ੍ਹਾਂ। ਇਸਤੇਮਾਲ ਵਿੱਚ ਲਿਆਂਦੀਆਂ ਜਾਂਦੀਆਂ ਸੇਵਾਵਾਂ ਜਿਵੇਂ ਬਿਜਲੀ, ਟੈਲੀਫੋਨ, ਪਾਣੀ, ਗੈਸ, ਉਹ ਸੇਵਾਵਾਂ ਹਨ ਜਿਨ੍ਹਾਂ ਦੇ ਸੈਟਅਪ ਲਈ ਮਹਿੰਗੇ ਉਤਪਾਦਨ ਅਤੇ ਵਿਤਰਣ ਦੀ ਲੋੜ ਹੈ। ਅੱਜ ਕੱਲ ਪੂਰੇ ਸੰਸਾਰ ਵਿੱਚ ਕਈ ਏਜੰਸੀਆਂ ਬਗੈਰ ਕਾਗਜ਼ ਦੇ ਬਿੱਲ ਅਤੇ ਇਲੈਕਟ੍ਰੋਨਿਕ ਭੁਗਤਾਨ ਦੀ ਸਹੂਲਤ ਦਿੰਦੀਆਂ ਹਨ। ਇਸ ਨੇ ਜ਼ਿੰਦਗੀ ਬਹੁਤ ਸੌਖੀ ਬਣਾ ਦਿੱਤੀ ਹੈ ਕਿ ਘਰ ਜਾਂ ਦਫ਼ਤਰ ਵਿੱਚ ਬੈਠੇ ਕੋਈ ਵੀ ਸਿੱਧੇ ਹੀ ਆਨਲਾਈਨ ਬਿੱਲਾਂ ਦਾ ਭੁਗਤਾਨ ਕਰ ਸਕਦਾ ਹੈ। ਇਲੈਕਟ੍ਰੋਨਿਕ ਭੁਗਤਾਨ ਕਰਨ ਦੇ ਕਈ ਲਾਭ ਹਨ। ਲੰਮੀਆਂ ਲਾਈਨਾਂ ਅਤੇ ਸਫ਼ਰ ਦੇ ਸਮੇਂ ਤੋਂ ਬਚਾਅ ਹੋ ਜਾਂਦਾ ਹੈ। ਇਹਦੇ ਵਿੱਚ ਬਿੱਲਾਂ ਦੇ ਗੁਆਚ ਜਾਣ ਦਾ ਕੋਈ ਡਰ ਨਹੀਂ ਹੈ। ਭੁਗਤਾਨ ਦੀ ਤਾਰੀਖ ਤੱਕ ਬਿੱਲ ਭਰੇ ਜਾ ਸਕਦੇ ਹਨ। 24 ਘੰਟੇ ਤੁਸੀਂ ਭੁਗਤਾਨ ਕਰ ਸਕਦੇ ਹੋ। ਭੁਗਤਾਨ ਕਰਨ ਤੋਂ ਪਹਿਲਾਂ ਬਿੱਲ ਦੀ ਰਕਮ ਦੀ ਜਾਂਚ ਕਰ ਲਓ। ਬਿਜਲੀ ਵਿਤਰਣ ਕਰਨ ਵਾਲੀਆਂ ਜ਼ਿਆਦਾਤਰ ਕੰਪਨੀਆਂ ਆਨਲਾਈਨ ਬਿੱਲ ਦੇ ਭੁਗਤਾਨ ਦੀ ਸਹੂਲਤਾਂ ਦਿੰਦੀਆਂ ਹਨ। ਮਸਲਨ, ਤੁਸੀਂ ਦਿੱਲੀ ਵਿੱਚ ਰਹਿੰਦੇ ਹੋ ਅਤੇ BSES ਰਾਜਧਾਨੀ ਤੁਹਾਡੇ ਘਰ ਵਿੱਚ ਬਿਜਲੀ ਮੁਹੱਈਆ ਕਰਵਾ ਰਿਹਾ ਹੈ, ਤਾਂ ਤੁਸੀਂ BSES ਰਾਜਧਾਨੀ ਵੈਬਸਾਈਟ ਉੱਤੇ ਜਾ ਕੇ ਭੁਗਤਾਨ ਕਰ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਆਪਣੇ ਬਿਜਲੀ ਦੇ ਬਿੱਲ ਦਾ ਭੁਗਤਾਨ ਆਪਣੀ ਕੋਰਸਪੋਂਡਿੰਗ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਵੈਬਸਾਈਟ ਨੂੰ ਲੌਗਇਨ ਕਰਕੇ ਕਰ ਸਕਦੇ ਹੋ। ਭਾਰਤ ਦੀਆਂ ਕੁਝ ਵੱਡੀਆਂ ਬਿਜਲੀ ਵਿਤਰਣ ਕੰਪਨੀਆਂ ਇਹ ਹਨ। ਮੈਂ ਤੁਹਾਨੂੰ ਵਿਖਾਉਂਦੀ ਹਾਂ ਕਿ ਤੁਸੀਂ BSES ਦਿੱਲੀ ਨੂੰ ਆਨਲਾਈਨ ਬਿਜਲੀ ਦਾ ਬਿੱਲ ਕਿਸ ਤਰ੍ਹਾਂ ਭਰ ਸਕਦੇ ਹੋ। ਪਹਿਲਾਂ BSES ਦਿੱਲੀ ਵੈਬਸਾਈਟ ਉੱਤੇ ਜਾਓ। www.bsesdelhi.com। ਹੁਣ ਪੇਮੈਂਟ ਆਪਸ਼ਨ ਵਿੱਚ ਜਾਓ। ਹੁਣ ਆਨਲਾਈਨ ਭੁਗਤਾਨ ਵਾਸਤੇ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ ਵਿਕਲਪ ਚੁਣੋ। ਸਾਰੇ ਨਿਰਦੇਸ਼ ਚੰਗੀ ਤਰ੍ਹਾਂ ਪੜ੍ਹੋ ਅਤੇ ਫਿਰ ਪਲੇ ਨਾਓ ਵਿਕਲਪ ਉੱਤੇ ਕਲਿੱਕ ਕਰੋ। ਹੁਣ ਦਿੱਤੀ ਗਈ ਥਾਂ ਵਿੱਚ ਆਪਣਾ CA ਨੰਬਰ ਦਾਖਲ ਕਰੋ। ਆਪਣਾ CA ਨੰਬਰ ਤੁਸੀਂ ਬਿਜਲੀ ਦੇ ਬਿੱਲ ਦੀ ਕਾਗਜ਼ ਵਾਲੀ ਕਾਪੀ ਉੱਤੇ ਸੱਜੇ ਪਾਸੇ ਲੱਭ ਸਕਦੇ ਹੋ। ਫਿਰ ਗੋ ਬਟਨ ਉੱਤੇ ਕਲਿੱਕ ਕਰ ਦਿਓ। ਹੁਣ ਭੁਗਤਾਨ ਪੰਨਾ ਦਿਸੇਗਾ। ਆਪਣੇ ਭੁਗਤਾਨ ਦਾ ਰੂਪ ਚੁਣੋ, ਜਿਵੇਂ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਚੁਣ ਲਓ, ਤਾਂ ਭੁਗਤਾਨ ਦੀ ਪ੍ਰਕਿਰਿਆ ਉੱਤੇ ਧਿਆਨ ਦਿਓ। ਜੇ ਤੁਸੀਂ ਕ੍ਰੈਡਿਟ ਕਾਰਡ ਦਾ ਵਿਕਲਪ ਚੁਣਦੇ ਹੋ, ਤੁਹਾਨੂੰ ਕ੍ਰੈਡਿਟ ਕਾਰਡ ਦੇ ਵੇਰਵੇ ਦਾਖਲ ਕਰਨੇ ਹੋਣਗੇ ਅਤੇ ਪ੍ਰਕਿਰਿਆ ਪੂਰੀ ਹੋਣ ਤੱਕ ਉਡੀਕ ਕਰਨੀ ਪਵੇਗੀ। ਨੈੱਟ ਬੈਂਕਿੰਗ ਚੁਣਨ ਦੇ ਮਾਮਲੇ ਵਿੱਚ ਉਹ ਬੈਂਕ ਚੁਣੋ ਜਿਸ ਤੋਂ ਤੁਸੀਂ ਬਿੱਲ ਭਰਨਾ ਚਾਹੁੰਦੇ ਹੋ। ਤੁਹਾਨੂੰ ਆਪਣੀ ਨੈੱਟ ਬੈਂਕਿੰਗ ਸਾਈਟ ਮਿਲੇਗੀ ਜਿੱਥੇ ਤੁਸੀਂ ਯੂਜ਼ਰ ID ਅਤੇ ਪਾਸਵਰਡ ਭਰਨਾ ਹੈ ਤਾਂ ਕਿ ਭੁਗਤਾਨ ਹੋ ਸਕੇ। ਸਫਲਾ ਭੁਗਤਾਨ ਕਰਨ ਮਗਰੋਂ ਤੁਹਾਨੂੰ ਲੈਣ ਦੇਣ ਨਿਰਦੇਸ਼ ਨੰਬਰ ਮਿਲੇਗਾ। ਤੁਹਾਡੇ ਕੀ ਅਸੀਂ ਆਪਣੇ ਮੋਬਾਈਲ ਫੋਨਾਂ ਨੂੰ ਆਨਲਾਈਨ ਚਾਰਜ ਵੀ ਕਰ ਸਕਦੇ ਹਾਂ ਦੀਦੀ? ਹਾਂ, ਕਿਉਂ ਨਹੀਂ। ਇਸ ਤਰ੍ਹਾਂ ਆਪਣੇ ਮੋਬਾਈਲ ਫੋਨ ਨੂੰ ਪ੍ਰੀਪੇਡ ਰੀਚਾਰਜ ਕਰਾਉਣ ਵਾਸਤੇ ਇਹਨਾਂ ਕਦਮਾਂ ਉੱਤੇ ਚੱਲੋ। ਪਹਿਲਾਂ ਰੀਚਾਰਜ ਇਟ ਨਾਓ ਵੈਬਸਾਈਟ ਉੱਤੇ ਜਾਓ। ਹੁਣ ਮੋਬਾਈਲ ਵਿਕਲਪ ਉੱਤੇ ਕਲਿੱਕ ਕਰੋ ਅਤੇ ਫਿਰ ਉਪਲਬਧ ਵਿਕਲਪਾਂ ਵਿੱਚੋਂ ਸਰਵਿਸ ਪ੍ਰੋਵਾਈਡਰ ਚੁਣੋ। ਇਸ ਤੋਂ ਬਾਅਦ ਆਪਣਾ ਮੋਬਾਈਲ ਨੰਬਰ ਦਾਖਲ ਕਰੋ ਅਤੇ ਕੰਟੀਨਿਊ ਬਟਨ ਦੱਬੋ। ਫਿਰ ਦੋ ਵਿਕਲਪਾਂ ਵਿੱਚੋਂ ਆਪਣੇ ਮੁਤਾਬਕ ਪਲਾਨ ਚੁਣੋ। ਫਿਰ ਰੀਚਾਰਜ ਰਕਮ ਦਾਖਲ ਕਰੋ ਅਤੇ ਫਿਰ ਕੰਟੀਨਿਊ ਬਟਨ ਦੱਬੋ। ਹੁਣ ਤੁਹਾਡੇ ਮੋਬਾਈਲ ਨੰਬਰ ਨਾਲ ਸੰਬੰਧਿਤ ਸੂਚਨਾ ਦਿਸ ਰਹੀ ਹੈ। ਸਤਿਆਪਨ ਕਰੋ ਅਤੇ ਤਿੰਨ ਮੌਜੂਦਾ ਵਿਕਲਪਾਂ ਵਿੱਚੋਂ ਇੱਕ ਦੱਬੋ। ਜੇ ਤੁਸੀਂ ਰਜਿਸਟਰਡ ਪ੍ਰਯੋਗਕਰਤਾ ਹੋ ਅਤੇ ਰਜਿਸਟਰ ਨਹੀਂ ਕਰਾਉਣਾ ਚਾਹੁੰਦੇ, ਤਾਂ ਕੰਟੀਨਿਊ ਐਜ਼ ਗੈਸਟ ਵਿਕਲਪ ਦੱਬੋ।
ਜੇ ਤੁਸੀਂ ਰਜਿਸਟਰਡ ਪ੍ਰਯੋਗ ਕਰਤਾ ਹੋ ਤਾਂ ਸਾਈਨ ਇਨ ਬਟਨ ਦਬੋ। ਜੇ ਤੁਸੀਂ ਰਜਿਸਟਰਡ ਪ੍ਰਯੋਗ ਕਰਤਾ ਨਹੀਂ ਹੋ ਪਰ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਚਾਹੁੰਦੇ ਹੋ ਤਾਂ ਰਜਿਸਟਰ ਬਟਨ ਦਬੋ। ਜੇ ਤੁਸੀਂ ਕੰਟੀਨਿਊ ਐਸ ਗੈਸਟ ਬਟਨ ਦਬਦੇ ਹੋ ਤਾਂ ਨਾਲ ਲੱਗੀ ਸਕਰੀਨ ਦਿਸੇਗੀ। ਹੁਣ ਆਪਣੀ ਸੂਚਨਾ ਦਾਖਲ ਕਰੋ ਅਤੇ ਫਿਰ ਸਬਮਿਟ ਬਟਨ ਦਬੋ। ਹੁਣ ਭੁਗਤਾਨ ਦੇ ਵਿਕਲਪਾਂ ਵਿੱਚੋਂ ਇੱਕ ਚੁਣੋ। ਵਿਕਲਪਾਂ ਵਿੱਚੋਂ ਇੱਕ ਉੱਤੇ ਕਲਿੱਕ ਕਰਨ ਮਗਰੋਂ ਬੈਂਕਾਂ ਦੀ ਸੂਚੀ ਦਾ ਇੱਕ ਡ੍ਰੌਪ ਡਾਊਨ ਡੱਬਾ ਦਿਸੇਗਾ। ਸਹੀ ਬੈਂਕ ਚੁਣੋ ਅਤੇ ਫਿਰ ਕੰਟੀਨਿਊ ਬਟਨ ਦਬੋ। ਹੁਣ ਭੁਗਤਾਨ ਦਾ ਸਾਰਾਂਸ਼ ਦਿਸੇਗਾ। ਜਾਂਚੋ ਅਤੇ ਫਿਰ ਪ੍ਰੋਸੀਡ ਬਟਨ ਦਬੋ। ਹੁਣ ਜਿਹੜਾ ਬੈਂਕ ਤੁਸੀਂ ਚੁਣਿਆ ਹੈ ਉਸ ਉੱਤੇ ਪ੍ਰਤੱਖ ਭੁਗਤਾਨ ਕਰਨਾ ਹੈ। ਆਪਣੇ ਯੂਜ਼ਰ ਨੇਮ ਅਤੇ ਪਾਸਵਰਡ ਦਾ ਇਸਤੇਮਾਲ ਕਰਦੇ ਹੋਏ ਚਾਹੀਦੀ ਰਕਮ ਦਾ ਭੁਗਤਾਨ ਕਰੋ। ਰੋਹਨ, ਹੁਣ ਤੁਸੀਂ ਆਪਣੇ ਆਪ www.rechargenow.com ਵੈਬਸਾਈਟ ਇਸਤੇਮਾਲ ਕਰਦੇ ਹੋਏ ਫੋਨ ਨੂੰ ਰੀਚਾਰਜ ਕਰਨ ਦੀ ਕੋਸ਼ਿਸ਼ ਕਰੋ। ਪੱਕਾ ਦੀਦੀ। ਕਦਮ 1, ਰੀਚਾਰਜ ਇਟ ਨਾਓ ਵੈਬਸਾਈਟ ਨੂੰ ਲੌਗਇਨ ਕਰੋ। ਕਦਮ 2, ਸਰਵਿਸ ਪ੍ਰੋਵਾਈਡਰ ਚੁਣੋ ਅਤੇ ਵੇਰਵੇ ਦਾਖਲ ਕਰੋ। ਕਦਮ 3, ਪਲਾਨ ਦੀ ਕਿਸਮ ਚੁਣੋ, ਰੀਚਾਰਜ ਦੀ ਰਕਮ ਦਾਖਲ ਕਰੋ ਅਤੇ ਕੰਟੀਨਿਊ ਬਟਨ ਦਬੋ। ਕਦਮ 4, ਕੰਟੀਨਿਊ ਐਸ ਗੈਸਟ ਚੁਣੋ। ਕਦਮ 5, ਆਪਣੇ ਮੋਬਾਈਲ ਦੇ ਵੇਰਵੇ ਦਾਖਲ ਕਰੋ ਅਤੇ ਭੁਗਤਾਨ ਦਾ ਵਿਕਲਪ ਚੁਣੋ। ਸਹੀ ਬੈਂਕ ਚੁਣੋ ਅਤੇ ਰਕਮ ਅਦਾ ਕਰੋ। ਦੀਦੀ, ਅਸੀਂ ਮੋਬਾਈਲ ਫੋਨ ਦੇ ਪੋਸਟ ਪੇਡ ਬਿੱਲ ਕਿਸ ਤਰ੍ਹਾਂ ਅਦਾ ਕਰ ਸਕਦੇ ਹਾਂ? ਪੋਸਟ ਪੇਡ ਮੋਬਾਈਲ ਫੋਨ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਅਸੀਂ ਪੇਟੀਐਮ ਵੈਬਸਾਈਟ ਇਸਤੇਮਾਲ ਕਰ ਸਕਦੇ ਹਾਂ। ਜ਼ਰਾ ਇਹਨਾਂ ਕਦਮਾਂ ਤੇ ਚੱਲੋ। ਪਹਿਲਾਂ ਪੇਟੀਐਮ ਵੈਬਸਾਈਟ ਉੱਤੇ ਜਾਓ। ਹੁਣ ਬਿੱਲ ਪੇਮੈਂਟਸ ਟੈਬ ਉੱਤੇ ਜਾਓ। ਇਸ ਤੋਂ ਬਾਅਦ ਆਪਣੇ ਮੋਬਾਈਲ ਦੇ ਬਿੱਲ ਦੇ ਪੋਸਟ ਪੇਡ ਭੁਗਤਾਨ ਵਾਸਤੇ ਮੋਬਾਈਲ ਟੈਬ ਉੱਤੇ ਕਲਿੱਕ ਕਰੋ। ਇੱਥੇ ਆਪਣਾ ਮੋਬਾਈਲ ਨੰਬਰ ਦਾਖਲ ਕਰੋ, ਆਪਣਾ ਸੰਚਾਲਕ ਚੁਣੋ ਅਤੇ ਬਿੱਲ ਦੀ ਰਕਮ ਦਾਖਲ ਕਰੋ। ਇਸ ਮਗਰੋਂ ਪ੍ਰੋਸੀਡ ਬਟਨ ਉੱਤੇ ਕਲਿੱਕ ਕਰੋ। ਹੁਣ ਤੁਹਾਡੇ ਭੁਗਤਾਨ ਦਾ ਸੰਖੇਪ ਦਿਸੇਗਾ। ਪ੍ਰੋਸੀਡ ਟੂ ਪੇ ਬਟਨ ਉੱਤੇ ਕਲਿੱਕ ਕਰੋ। ਹੁਣ ਪੇਟੀਐਮ ਨੂੰ ਸਾਈਨ ਇਨ ਕਰੋ। ਜੇ ਤੁਸੀਂ ਨਵੇਂ ਇਸਤੇਮਾਲ ਕਰਨ ਵਾਲਿਆਂ ਵਿੱਚੋਂ ਹੋ ਤਾਂ ਖਾਤਾ ਬਣਾਓ ਅਤੇ ਫਿਰ ਆਪਣਾ ਮੇਲ ਆਈਡੀ ਜਾਂ ਮੋਬਾਈਲ ਨੰਬਰ ਅਤੇ ਪੇਟੀਐਮ ਪਾਸਵਰਡ ਦਾ ਇਸਤੇਮਾਲ ਕਰਕੇ ਸਾਈਨ ਇਨ ਕਰੋ। ਹੁਣ ਸਕਰੀਨ ਉੱਤੇ ਖੱਬੇ ਪਾਸੇ ਦਿਸਦੀ ਵਿਕਲਪਾਂ ਦੀ ਸੂਚੀ ਵਿੱਚੋਂ ਇੱਕ ਦਾ ਇਸਤੇਮਾਲ ਕਰਦੇ ਹੋਏ ਭੁਗਤਾਨ ਕਰੋ। ਇੱਕ ਵਾਰੀ ਤੁਸੀਂ ਭੁਗਤਾਨ ਦਾ ਕੰਮ ਪੂਰਾ ਕਰ ਲਿਆ ਤਾਂ ਤੁਸੀਂ ਸਫਲਾ ਤੌਰ ਤੇ ਕੀ ਅਸੀਂ ਇੰਟਰਨੈਟ ਤੋਂ ਆਪਣੇ ਕੇਬਲ ਟੀਵੀ ਦੇ ਬਿੱਲ ਵੀ ਅਦਾ ਕਰ ਸਕਦੇ ਹਾਂ? ਗੀਤਾ, ਹਾਂ ਅੰਕਲ, ਤੁਸੀਂ ਕਰ ਸਕਦੇ ਹੋ। ਮੈਂ ਤੁਹਾਨੂੰ ਚੀਜ਼ਾਂ ਦੱਸਦੀ ਹਾਂ ਕਿ ਕਿਸ ਤਰ੍ਹਾਂ ਰੀਚਾਰਜ ਇਟ ਨਾਓ ਵੈਬਸਾਈਟ ਦਾ ਇਸਤੇਮਾਲ ਕਰਦੇ ਹੋਏ ਡੀਟੀਐਚ ਰੀਚਾਰਜ ਕਰ ਸਕਦੇ ਹੋ। ਪਹਿਲਾਂ www.rechargeitnow.com ਵੈਬਸਾਈਟ ਉੱਤੇ ਜਾਓ। ਇੱਥੇ ਆਨਲਾਈਨ ਰੀਚਾਰਜ ਵਰਗ ਦੇ ਤਹਿਤ ਤਿੰਨ ਵਿਕਲਪ ਦਿਸਣਗੇ। ਆਪਣਾ ਡੀਟੀਐਚ ਰੀਚਾਰਜ ਕਰਨ ਲਈ ਡੀਟੀਐਚ ਬਟਨ ਉੱਤੇ ਕਲਿੱਕ ਕਰੋ ਅਤੇ ਫਿਰ ਆਪਣਾ ਸੇਵਾ ਪ੍ਰੋਵਾਈਡਰ ਦਾਖਲ ਕਰੋ। ਚਲੋ ਟਾਟਾ ਸਕਾਈ ਨੂੰ ਸੇਵਾ ਪ੍ਰੋਵਾਈਡਰ ਦੇ ਤੌਰ ਤੇ ਚੁਣਦੇ ਹਾਂ। ਹੁਣ ਆਪਣਾ ਸਬਸਕ੍ਰਾਈਬਰ ਆਈਡੀ ਦਾਖਲ ਕਰੋ ਅਤੇ ਫਿਰ ਕੰਟੀਨਿਊ ਬਟਨ ਉੱਤੇ ਕਲਿੱਕ ਕਰੋ। ਹੁਣ ਟਾਟਾ ਸਕਾਈ ਦਾ ਪਲਾਨ ਟੇਬਲ ਦਿਸੇਗਾ। ਖਾਸ ਪੈਕ ਚਾਲੂ ਕਰਾਉਣ ਵਾਸਤੇ ਰੀਚਾਰਜ ਰਕਮ ਦਾਖਲ ਕਰੋ ਅਤੇ ਫਿਰ ਕੰਟੀਨਿਊ ਬਟਨ ਦਬਾਓ। ਹੁਣ ਤੁਹਾਡੇ ਡੀਟੀਐਚ ਨਾਲ ਸੰਬੰਧਿਤ ਜਾਣਕਾਰੀ ਦਿਸੇਗੀ। ਜਾਂਚ ਕਰੋ ਅਤੇ ਮੌਜੂਦਾ ਤਿੰਨ ਵਿਕਲਪਾਂ ਵਿੱਚੋਂ ਇੱਕ ਉੱਤੇ ਦਬੋ। ਜੇ ਤੁਸੀਂ ਰਜਿਸਟਰਡ ਪ੍ਰਯੋਗ ਕਰਤਾ ਹੋ ਅਤੇ ਰਜਿਸਟਰ ਨਹੀਂ ਕਰਾਉਣਾ ਚਾਹੁੰਦੇ ਤਾਂ ਕੰਟੀਨਿਊ ਐਸ ਗੈਸਟ ਵਿਕਲਪ ਦਬੋ। ਜੇ ਤੁਸੀਂ ਰਜਿਸਟਰਡ ਪ੍ਰਯੋਗ ਕਰਤਾ ਹੋ ਤਾਂ ਸਾਈਨ ਇਨ ਬਟਨ ਦਬੋ। ਜੇ ਤੁਸੀਂ ਰਜਿਸਟਰਡ ਪ੍ਰਯੋਗ ਕਰਤਾ ਨਹੀਂ ਹੋ ਅਤੇ ਰਜਿਸਟਰਡ ਹੋਣਾ ਚਾਹੁੰਦੇ ਹੋ ਤਾਂ ਰਜਿਸਟਰ ਬਟਨ ਦਬੋ।
ਜੇ ਤੁਸੀਂ ਕੰਟੀਨਿਊ ਐਸ ਗੈਸਟ ਬਟਨ ਦੱਬਦੇ ਹੋ ਤਾਂ ਨਾਲ ਲੱਗਦੀ ਸਕਰੀਨ ਦਿਸੇਗੀ। ਹੁਣ ਆਪਣੀ ਸੂਚਨਾ ਦਾਖਲ ਕਰੋ ਅਤੇ ਫਿਰ ਸਬਮਿਟ ਬਟਨ ਦੱਬੋ। ਹੁਣ ਭੁਗਤਾਨ ਦੇ ਵਿਕਲਪਾਂ ਵਿੱਚੋਂ ਇੱਕ ਚੁਣੋ। ਇੱਕ ਵਿਕਲਪ ਉੱਤੇ ਕਲਿੱਕ ਕਰਨ ਮਗਰੋਂ ਬੈਂਕਾਂ ਦੀ ਸੂਚੀ ਦਾ ਇੱਕ ਡ੍ਰੌਪ ਡਾਊਨ ਡੱਬਾ ਦਿਸੇਗਾ। ਸਹੀ ਬੈਂਕ ਚੁਣੋ ਅਤੇ ਫਿਰ ਕੰਟੀਨਿਊ ਬਟਨ ਦੱਬੋ। ਹੁਣ ਭੁਗਤਾਨ ਦਾ ਸੰਖੇਪ ਦਿਸੇਗਾ। ਸਤਿਆਪਨ ਕਰੋ ਅਤੇ ਫਿਰ ਪ੍ਰੋਸੀਡ ਬਟਨ ਦੱਬੋ। ਹੁਣ ਜਿਹੜਾ ਬੈਂਕ ਤੁਸੀਂ ਚੁਣਿਆ ਹੈ ਉਸ ਉੱਤੇ ਸਿੱਧਾ ਭੁਗਤਾਨ ਕਰਨਾ ਹੈ। ਆਪਣਾ ਡੈਬਿਟ ਕਾਰਡ ਇਸਤੇਮਾਲ ਕਰਦੇ ਹੋਏ ਚਾਹੀਦੀ ਰਕਮ ਅਦਾ ਕਰੋ। ਮੈਂ ਨਿਸ਼ਚਿੰਤ ਹਾਂ ਕਿ ਹੁਣ ਤੁਹਾਡੇ ਲਈ ਆਨਲਾਈਨ ਬਿੱਲਾਂ ਦਾ ਭੁਗਤਾਨ ਕਰਨਾ ਅਤੇ ਆਪਣੇ ਮੋਬਾਈਲ ਫੋਨ ਅਤੇ ਕੇਬਲ ਨੈਟਵਰਕ ਨੂੰ ਦੁਬਾਰਾ ਚਾਰਜ ਕਰਨਾ ਸੌਖਾ ਹੋ ਜਾਵੇਗਾ। ਬਿਲਕੁਲ ਦੀਦੀ, ਇਹ ਬਹੁਤ ਸਹਾਇਤਾ ਕਰੇਗਾ। ਹਾਂ ਗੀਤਾ, ਇਹ ਗਿਆਨ ਵਾਕਈ ਮੇਰੇ ਸਮੇਂ ਦੀ ਬਹੁਤ ਬਚਤ ਕਰੇਗਾ। ਬਹੁਤ ਵਧੀਆ, ਹੁਣ ਚਲੋ ਆਪਣੇ ਆਪ ਨੂੰ ਦੁਬਾਰਾ ਤਾਜ਼ਾ ਕਰਨ ਵਾਸਤੇ ਗਤੀਵਿਧੀ ਵਿੱਚ ਹਿੱਸਾ ਲੈਂਦੇ ਹਾਂ। ਗੀਤਾ, ਕੀ ਤੁਸੀਂ ਮੈਨੂੰ ਵਿਖਾ ਸਕਦੇ ਹੋ ਕਿ ਆਨਲਾਈਨ ਰੇਲਵੇ ਟਿਕਟਾਂ ਕਿਸ ਤਰ੍ਹਾਂ ਬੁੱਕ ਕਰ ਸਕਦੇ ਹਾਂ? ਜ਼ਰੂਰ ਅੰਕਲ, ਹੁਣ ਤੁਹਾਨੂੰ ਆਪਣੀਆਂ ਰੇਲ ਦੀਆਂ ਟਿਕਟਾਂ ਬੁੱਕ ਕਰਨ ਵਾਸਤੇ ਘੰਟਿਆਂ ਤੱਕ ਲਾਈਨ ਵਿੱਚ ਲੱਗ ਕੇ ਉਡੀਕ ਕਰਨ ਦੀ ਲੋੜ ਨਹੀਂ ਹੈ। ਰੇਲ ਦੀਆਂ ਟਿਕਟਾਂ ਦੀ ਆਨਲਾਈਨ ਬੁਕਿੰਗ IRCTC ਵੈਬਸਾਈਟ ਇਸਤੇਮਾਲ ਕਰਦੇ ਹੋਏ ਕੀਤੀ ਜਾ ਸਕਦੀ ਹੈ। ਪਹਿਲਾਂ ਵੈਬ ਬਰਾਊਜ਼ਰ ਖੋਲੋ ਅਤੇ ਐਡਰੈਸ ਬਾਰ ਵਿੱਚ www.irktik.co.in ਟਾਈਪ ਕਰੋ। ਦਿੱਤੀ ਗਈ ਥਾਂ ਵਿੱਚ ਆਪਣਾ ਯੂਜ਼ਰਨੇਮ ਅਤੇ ਪਾਸਵਰਡ ਦਾਖਲ ਕਰੋ ਅਤੇ ਲੌਗਇਨ ਕਰੋ। ਜੇ ਤੁਸੀਂ ਪ੍ਰਯੋਗਕਰਤਾ ਦੀ ਹੱਦ ਵਿੱਚ ਨਹੀਂ ਹੋ ਤਾਂ ਸਾਈਨ ਅਪ ਲਿੰਕ ਉੱਤੇ ਜਾਓ ਅਤੇ ਆਪਣਾ ਯੂਜ਼ਰਨੇਮ ਅਤੇ ਪਾਸਵਰਡ ਬਣਾਓ। ਇੱਕ ਵਾਰੀ ਲੌਗਇਨ ਕਰਨ ਮਗਰੋਂ ਇਹ ਪੰਨਾ ਦਿਸੇਗਾ। ਆਪਣੀ ਰੇਲ ਟਿਕਟ ਬੁੱਕ ਕਰਨ ਵਾਸਤੇ ਪਲੈਨ ਮਾਈ ਟ੍ਰੈਵਲ ਵਰਗ ਵਿੱਚ ਡ੍ਰੌਪ ਡਾਊਨ ਵਿਕਲਪ ਫਾਰਮ ਉੱਤੇ ਕਲਿੱਕ ਕਰੋ। ਇੱਥੇ ਤੁਹਾਨੂੰ ਚੱਲਣ ਵਾਲੇ ਸਟੇਸ਼ਨ ਦਾ ਨਾਂ ਟਾਈਪ ਕਰਨ ਦੀ ਲੋੜ ਹੈ ਅਤੇ 2 ਵਿੱਚ ਤੁਸੀਂ ਪਹੁੰਚਣ ਵਾਲੇ ਸਟੇਸ਼ਨ ਦਾ ਨਾਂ ਟਾਈਪ ਕਰਨਾ ਹੈ। ਮਸਲਨ, ਤੁਸੀਂ ਬੰਗਲੌਰ ਤੋਂ ਚੇਨਈ ਤੱਕ ਸਫ਼ਰ ਕਰਨਾ ਹੈ ਤਾਂ ਤੁਸੀਂ ਫ੍ਰੌਮ ਸੂਚੀ ਵਿੱਚ ਬੰਗਲੌਰ ਅਤੇ 2 ਸੂਚੀ ਵਿੱਚ ਚੇਨਈ ਟਾਈਪ ਕਰੋਗੇ। ਤੁਸੀਂ ਇਹਨਾਂ ਵਰਗਾਂ ਵਿੱਚ ਸਟੇਸ਼ਨਾਂ ਦਾ ਕੋਡ ਵੀ ਟਾਈਪ ਕਰ ਸਕਦੇ ਹੋ। ਹੁਣ ਡੇਟ ਵਰਗ ਵਿੱਚ ਦਿੱਤੇ ਕੈਲੰਡਰ ਤੋਂ ਸਫ਼ਰ ਦੀ ਤਾਰੀਖ ਚੁਣੋ। ਹੁਣ ਟਿਕਟ ਟਾਈਪ ਉੱਤੇ ਜਾਓ ਅਤੇ 2 ਵਿਕਲਪਾਂ ਵਿੱਚੋਂ 1 ਚੁਣੋ। 2 ਵਿਕਲਪ ਹਨ ਈ ਟਿਕਟ ਅਤੇ ਆਈ ਟਿਕਟ। ਈ ਟਿਕਟ ਉਹ ਟਿਕਟ ਹੈ ਜਿਹਨੂੰ ਤੁਸੀਂ ਇਲੈਕਟ੍ਰੋਨਿਕ ਟਿਕਟ ਦੇ ਤੌਰ ਤੇ ਪ੍ਰਾਪਤ ਕਰੋਗੇ, ਜਿਸ ਦਾ ਤੁਸੀਂ ਕਾਗਜ਼ ਉੱਤੇ ਪ੍ਰਿੰਟ ਲੈ ਕੇ ਸਫ਼ਰ ਕਰ ਸਕਦੇ ਹੋ। ਆਈ ਟਿਕਟ ਭੌਤਿਕ ਟਿਕਟ ਹੈ ਜਿਹੜੀ ਤੁਹਾਨੂੰ ਆਨਲਾਈਨ ਬੁਕਿੰਗ ਕਰਾਉਣ ਦੇ ਕੁਝ ਦਿਨਾਂ ਬਾਅਦ ਮਿਲੇਗੀ। ਹੁਣ ਕੋਟਾ ਖੇਤਰ ਵਿੱਚ ਵਿਕਲਪਾਂ ਵਿੱਚੋਂ 1 ਚੁਣੋ। ਇੱਥੇ 3 ਵਿਕਲਪ ਹਨ, ਜਨਰਲ, ਤਤਕਾਲ ਅਤੇ ਲੇਡੀਜ਼। ਜਨਰਲ ਵਿੱਚ ਕੋਈ ਵੀ ਸਫ਼ਰ ਕਰ ਸਕਦਾ ਹੈ। ਤਤਕਾਲ ਟਿਕਟ ਰੇਲ ਜਾਣ ਦੇ 1 ਦਿਨ ਪਹਿਲਾਂ ਬੁੱਕ ਕੀਤੀ ਜਾ ਸਕਦੀ ਹੈ ਅਤੇ ਲੇਡੀਜ਼ ਕੋਟਾ ਔਰਤਾਂ ਲਈ ਆਰਕਸ਼ਿਤ ਹੈ। ਬੁੱਕ ਵਿਕਲਪ ਉੱਤੇ ਕਲਿੱਕ ਕਰਨ ਤੇ ਉਹ ਤੁਹਾਨੂੰ ਫਿਰ ਉਸੇ ਪੰਨੇ ਤੇ ਲੈ ਆਏਗਾ ਜਿੱਥੇ ਤੁਸੀਂ ਸੂਚਨਾ ਵਿੱਚ ਭਰਨਾ ਹੈ ਕਿ ਕਿਹੜੇ ਯਾਤਰੀ ਸਫ਼ਰ ਕਰਨਾ ਚਾਹੁੰਦੇ ਹਨ। 1 ਈ ਟਿਕਟ ਵਿੱਚ ਵੱਧ ਤੋਂ ਵੱਧ 6 ਯਾਤਰੀ ਸਫ਼ਰ ਕਰ ਸਕਦੇ ਹਨ। ਡੱਬੇ ਵਿੱਚ ਸੰਦਰਭ ਵਿੱਚ ਭਰੋ ਅਤੇ ਫਿਰ ਨੈਕਸਟ ਬਟਨ ਉੱਤੇ ਕਲਿੱਕ ਕਰੋ। ਹੁਣ ਤੁਸੀਂ ਆਪਣੇ ਆਰਖਣ ਦੇ ਵੇਰਵੇ ਵੇਖਣ ਵਿੱਚ ਸਮਰੱਥ ਹੋਵੋਗੇ। ਜਾਂਚ ਕਰੋ ਕਿ ਜਿਹੜੇ ਵੇਰਵੇ ਦਿਸ ਰਹੇ ਹਨ ਉਹ ਤੁਹਾਡੀ ਲੋੜ ਦੇ ਮੁਤਾਬਕ ਹਨ ਜਾਂ ਨਹੀਂ। ਇਹ ਕੋਟਾ ਦੀ ਉਪਲਬਧਤਾ ਅਤੇ ਰਕਮ ਵੀ ਦਰਸਾਉਂਦਾ ਹੈ ਜਿਹੜੀ ਤੁਸੀਂ ਟਿਕਟ ਕਿਰਾਏ ਅਤੇ ਸੇਵਾ ਮੁੱਲ ਦੇ ਨਾਲ ਅਦਾ ਕਰਨੀ ਹੈ। ਹੁਣ ਰਕਮ ਦਾ ਭੁਗਤਾਨ ਕਰਨ ਵਾਸਤੇ ਮੇਕ ਪੇਮੈਂਟ ਵਿਕਲਪ ਉੱਤੇ ਕਲਿੱਕ ਕਰੋ। ਹੁਣ ਵੈਬਸਾਈਟ ਉੱਤੇ ਦਿਸਦੇ ਵਿਕਲਪਾਂ ਵਿੱਚੋਂ 1 ਦਾ ਇਸਤੇਮਾਲ ਕਰਦੇ ਹੋਏ ਭੁਗਤਾਨ ਕਰੋ। ਭੁਗਤਾਨ ਕਰਨ ਦੇ ਖਾਸ ਤਰੀਕੇ ਅਤੇ ਖਾਸ ਬੈਂਕ ਉੱਤੇ ਕਲਿੱਕ ਕਰਨ ਤੋਂ ਬਾਅਦ ਇਹ ਆਪਣੇ ਆਪ ਬੈਂਕ ਦੇ ਭੁਗਤਾਨ ਪੰਨੇ ਤੇ ਚਲਾ ਜਾਏਗਾ। ਹੁਣ
ਸਫਲਾ ਭੁਗਤਾਨ ਮਗਰੋਂ ਇਹ ਆਪਣੇ ਆਪ IRCTC ਵੈਬਸਾਈਟ ਉੱਤੇ ਸਿੱਧਾ ਹੀ ਆ ਜਾਏਗਾ ਅਤੇ ਤੁਹਾਡੀ ਟਿਕਟ ਬੁੱਕ ਹੋ ਜਾਏਗੀ। ਹਿੰਦੀ ਜਾਂ ਅੰਗਰੇਜ਼ੀ ਵਿੱਚ ਟਿਕਟ ਦਾ ਪ੍ਰਿੰਟ ਲੈ ਲਓ ਅਤੇ ਇੱਕ ਜਾਇਜ਼ ਫੋਟੋ ਪਛਾਣ ਸਬੂਤ ਦੇ ਨਾਲ ਯਾਤਰਾ ਕਰਦੇ ਹੋਏ ਆਪਣੇ ਕੋਲ ਰੱਖੋ। ਅੰਕਲ, ਹੁਣ ਤੁਸੀਂ IRCTC ਵੈਬਸਾਈਟ ਦਾ ਇਸਤੇਮਾਲ ਕਰਦੇ ਹੋਏ ਦਿੱਲੀ ਤੋਂ ਪਟਨਾ ਤੱਕ ਸਲੀਪਰ ਕਲਾਸ ਦੀ ਰੇਲ ਟਿਕਟ ਬੁੱਕ ਕਰਨ ਦੀ ਕੋਸ਼ਿਸ਼ ਕਰੋ। ਹਾਂ, ਮੈਨੂੰ ਯਕੀਨ ਹੈ ਕਿ ਇਹ ਮੈਂ ਆਪੇ ਕਰ ਸਕਦਾ ਹਾਂ। ਕਦਮ 1, ਆਪਣਾ ਖਾਤਾ ਲੌਗਇਨ ਕਰਨ ਵਾਸਤੇ IRCTC ਵੈਬਸਾਈਟ ਉੱਤੇ ਜਾਓ। ਕਦਮ 2, ਆਪਣੇ ਸਫ਼ਰ ਦੇ ਵੇਰਵੇ ਭਰਨ ਵਾਸਤੇ ਫਾਰਮ ਖੇਤਰ ਵਿੱਚ ਨਵੀਂ ਦਿੱਲੀ ਦਾਖਲ ਕਰੋ ਅਤੇ 2 ਖੇਤਰ ਵਿੱਚ ਪਟਨਾ ਦਾਖਲ ਕਰੋ ਅਤੇ ਸਫ਼ਰ ਦੀ ਤਾਰੀਖ ਚੁਣੋ। ਕਦਮ 3, ਸਿਲੈਕਟ ਬਟਨ ਉੱਤੇ ਕਲਿੱਕ ਕਰੋ ਅਤੇ ਦਿਸਦੀ ਸੂਚੀ ਵਿੱਚੋਂ ਮਨਚਾਹੁੰਦੀ ਗੱਡੀਆਂ ਦੀ ਉਪਲਬਧਤਾ ਚੈੱਕ ਕਰੋ। ਕਦਮ 4, ਬੁੱਕ ਨਾਓ ਉੱਤੇ ਕਲਿੱਕ ਕਰੋ ਅਤੇ ਯਾਤਰੀ ਦੇ ਵੇਰਵੇ ਭਰੋ। ਕਦਮ 5, ਮੋਬਾਈਲ ਨੰਬਰ ਅਤੇ ਕੈਪਚਾ ਕੋਡ ਦਾਖਲ ਕਰੋ। ਕਦਮ 6, ਨੈਕਸਟ ਚੁਣੋ ਤੇ ਭੁਗਤਾਨ ਦੇ ਵਿਕਲਪ ਦਿਸਣਗੇ। ਕਦਮ 7, ਭੁਗਤਾਨ ਕਰਨ ਲਈ ਆਪਣਾ ਖਾਸ ਭੁਗਤਾਨ ਵਿਕਲਪ ਚੁਣੋ। ਦੀਦੀ, ਕੀ ਅਸੀਂ ਆਪਣੇ ਮੋਬਾਈਲ ਫੋਨ ਉੱਤੇ ਵੀ ਇੰਟਰਨੈਟ ਦੇ ਜੋੜ ਨਾਲ ਰੇਲ ਦੀ ਟਿਕਟ ਬੁੱਕ ਕਰ ਸਕਦੇ ਹਾਂ? ਹਾਂ ਰੋਹਨ, ਤੁਸੀਂ ਆਪਣੇ ਮੋਬਾਈਲ ਫੋਨ ਜਾਂ ਟੈਬਲੇਟ ਦਾ ਇਸਤੇਮਾਲ ਕਰਦੇ ਹੋਏ ਰੇਲ ਟਿਕਟ ਬੁੱਕ ਕਰ ਸਕਦੇ ਹੋ। IRCTC ਅਰਜੀ ਬਗੈਰ ਕੀਮਤ ਦਿੱਤੇ ਡਾਊਨਲੋਡ ਕੀਤੀ ਜਾ ਸਕਦੀ ਹੈ ਅਤੇ ਇਹ ਐਂਡਰਾਇਡ ਅਤੇ ਨਾਲ ਹੀ ਵਿੰਡੋਜ਼ ਫੋਨ ਵਾਸਤੇ ਉਪਲਬਧ ਹੈ। ਐਂਡਰਾਇਡ ਫੋਨ ਵਿੱਚ ਅਰਜੀ ਇਸਤੇਮਾਲ ਕਰਦੇ ਹੋਏ ਟਿਕਟ ਬੁੱਕ ਕਰਨ ਲਈ ਇਹਨਾਂ ਕਦਮਾਂ ਉੱਤੇ ਚੱਲੋ। ਪਹਿਲਾਂ ਪਲੇ ਸਟੋਰ ਤੋਂ IRCTC ਅਰਜੀ ਡਾਊਨਲੋਡ ਕਰੋ। ਅਰਜ਼ੀ ਖੋਲੋ ਅਤੇ ਆਪਣੇ ਯੂਜ਼ਰ ਨੇਮ ਅਤੇ ਪਾਸਵਰਡ ਦਾ ਇਸਤੇਮਾਲ ਕਰਦੇ ਹੋਏ ਲੌਗਇਨ ਕਰੋ। ਸਫਲਾ ਲੌਗਇਨ ਕਰਨ ਮਗਰੋਂ ਇਹ ਵਰਗ ਦਿਸਦਾ ਹੈ। ਟਿਕਟ ਬੁੱਕ ਕਰਨ ਵਾਸਤੇ ਬੁੱਕ ਟਿਕਟ ਇਨਕੁਆਇਰੀ ਵਿਕਲਪ ਉੱਤੇ ਕਲਿੱਕ ਕਰੋ। ਹੁਣ ਪਲੈਨ ਮਾਈ ਟ੍ਰੈਵਲ ਵਿਕਲਪ ਦਿਸੇਗਾ ਜਿੱਥੇ ਤੁਹਾਨੂੰ ਮੰਗੀ ਗਈ ਸੂਚਨਾ ਭਰਨ ਦੀ ਲੋੜ ਹੈ। ਮਿਸਾਲ ਦੇ ਤੌਰ ਤੇ ਸਾਧਨ, ਪਹੁੰਚਣ ਦੀ ਥਾਂ ਅਤੇ ਸਫ਼ਰ ਦੀ ਤਾਰੀਖ, ਵਰਗ, ਕੋਟਾ ਅਤੇ ਟਿਕਟ ਦੀ ਕਿਸਮ। ਹੁਣ ਹੇਠਾਂ ਟ੍ਰੇਨ ਲਿਸਟ ਵਿਕਲਪ ਉੱਤੇ ਪਹੁੰਚੋ। ਹੁਣ ਤੁਹਾਨੂੰ ਲੋੜ ਦੇ ਮੁਤਾਬਕ ਗੱਡੀਆਂ ਦੀ ਸੂਚੀ ਦਿਸੇਗੀ। ਇਹਨਾਂ ਵਿਕਲਪਾਂ ਚੋਂ ਇੱਕ ਚੁਣੋ। ਹੁਣ ਯਾਤਰੀ ਫਾਰਮ ਦਿਸੇਗਾ। ਯਾਤਰੀ ਬਾਰੇ ਜਾਣਕਾਰੀ ਦਾਖਲ ਕਰਨ ਲਈ ਐਡ ਪੈਸੰਜਰ ਉੱਤੇ ਕਲਿੱਕ ਕਰੋ। ਯਾਤਰੀ ਬਾਰੇ ਜਾਣਕਾਰੀ ਜੋੜੋ ਅਤੇ ਫਿਰ ਐਡ ਬਟਨ ਉੱਤੇ ਕਲਿੱਕ ਕਰੋ। ਸੁਨੇਹਾ ਦਿਸੇਗਾ ਕਿ ਪੈਸੰਜਰ ਸਕਸੈਸਫੁਲੀ ਐਡਿਡ। ਸਫ਼ਰ ਦੇ ਵੇਰਵੇ ਅਤੇ ਟਿਕਟ ਦੇ ਪੈਸੇ ਜਾਣਨ ਲਈ ਕੰਟੀਨਿਊ ਬਟਨ ਉੱਤੇ ਕਲਿੱਕ ਕਰੋ। ਹੁਣ ਯਾਤਰਾ ਦੇ ਵੇਰਵੇ ਅਤੇ ਟਿਕਟ ਦੇ ਪੈਸੇ ਦਿਸਣਗੇ। ਸੂਚਨਾ ਜਾਂਚ ਲਓ ਅਤੇ ਫਿਰ ਭੁਗਤਾਨ ਵਾਸਤੇ ਮੌਜੂਦਾ ਵਿਕਲਪਾਂ ਵਿੱਚੋਂ ਕੋਈ ਇੱਕ ਬਟਨ ਦਾ ਇਸਤੇਮਾਲ ਕਰਦੇ ਹੋਏ ਮੇਕ ਪੇਮੈਂਟ ਉੱਤੇ ਕਲਿੱਕ ਕਰੋ। ਇੱਕ ਨਿਯਤ ਬੈਂਕ ਅਤੇ ਭੁਗਤਾਨ ਦੇ ਨਿਯਤ ਤਰੀਕੇ ਉੱਤੇ ਕਲਿੱਕ ਕਰਨ ਤੋਂ ਬਾਅਦ ਇਹ ਆਪਣੇ ਆਪ ਬੈਂਕ ਦੇ ਭੁਗਤਾਨ ਪੰਨੇ ਉੱਤੇ ਚਲੀ ਜਾਵੇਗੀ। ਹੁਣ ਸਫਲ ਭੁਗਤਾਨ ਤੋਂ ਬਾਅਦ ਇਹ ਆਪਣੇ ਆਪ ਸਿੱਧੀ ਹੀ IRCTC ਵੈਬਸਾਈਟ ਉੱਤੇ ਚਲੀ ਜਾਏਗੀ ਅਤੇ ਤੁਹਾਡੀ ਟਿਕਟ ਬੁੱਕ ਹੋ ਜਾਏਗੀ। ਕੀ ਅਸੀਂ ਆਨਲਾਈਨ ਬੱਸ ਟਿਕਟਾਂ ਵੀ ਬੁੱਕ ਕਰ ਸਕਦੇ ਹਾਂ ਗੀਤਾ? ਹਾਂ, ਕਿਉਂ ਨਹੀਂ। ਇੱਥੇ ਅਜਿਹੀਆਂ ਬਹੁਤ ਸਾਰੀਆਂ ਏਜੰਸੀਆਂ ਹਨ ਜਿਨ੍ਹਾਂ ਦੇ ਜ਼ਰੀਏ ਤੁਸੀਂ ਆਨਲਾਈਨ ਬੱਸ ਟਿਕਟਾਂ ਵੀ ਬੁੱਕ ਕਰ ਸਕਦੇ ਹੋ। ਕਿਰਪਾ ਕਰਕੇ ਸਾਨੂੰ ਦੱਸੋ ਕਿ ਉਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ। ਠੀਕ ਹੈ, ਪਹਿਲਾਂ ਅਸੀਂ ਕੁਝ ਮਸ਼ਹੂਰ ਆਨਲਾਈਨ ਦੁਆਰ ਚੈੱਕ ਕਰਦੇ ਹਾਂ ਜਿਹੜੇ ਇਹ ਸਹੂਲਤ ਦਿੰਦੇ ਹਨ। ਕੁਝ ਆਨਲਾਈਨ ਦੁਆਰ ਹਨ ਜਿਨ੍ਹਾਂ ਰਾਹੀਂ ਤੁਸੀਂ ਸੌਖੇ ਹੀ ਬੱਸ ਦੀਆਂ ਟਿਕਟਾਂ ਬੁੱਕ ਕਰ ਸਕਦੇ ਹੋ। ਰੈੱਡ ਬੱਸ ਡੌਟ ਇਨ,
travelyari.com, bookbusnow.com, abhibus, seatselect.in, simplybus, egoeasy.com. ਕੁਝ ਆਨਲਾਈਨ ਦਵਾਰ ਹਨ ਜਿਨ੍ਹਾਂ ਰਾਹੀਂ ਤੁਸੀਂ ਸੌਖੇ ਹੀ ਬੱਸ ਦੀਆਂ ਟਿਕਟਾਂ ਬੁੱਕ ਕਰ ਸਕਦੇ ਹੋ। ਬੱਸ ਦੀਆਂ ਟਿਕਟਾਂ ਬੁੱਕ ਕਰਨ ਲਈ ਸਭ ਤੋਂ ਜ਼ਿਆਦਾ ਲੋਕ ਪਾਉਂਦਾ ਦਵਾਰ ਹੈ redbus.in, ਜਿਸ ਕੋਲ 65% ਤੋਂ ਵੱਧ ਬਾਜ਼ਾਰ ਸ਼ੇਅਰ ਹਨ। ਆਓ ਕੁਝ ਚੀਜ਼ਾਂ ਜਾਂਚਦੇ ਹਾਂ ਜਿਨ੍ਹਾਂ ਰਾਹੀਂ ਅਸੀਂ redbus ਇਸਤੇਮਾਲ ਕਰਦੇ ਹੋਏ ਟਿਕਟਾਂ ਬੁੱਕ ਕਰ ਸਕਦੇ ਹਾਂ। ਪਹਿਲਾਂ www.redbus.in ਨੂੰ ਲੌਗਇਨ ਕਰੋ। ਅੱਗੇ ਫਰੋਮ ਟੂ ਅਤੇ ਡੇਟ ਆਫ ਜਰਨੀ ਚੁਣੋ ਅਤੇ ਸਰਚ ਬਸਿਸ ਵਿਕਲਪ ਉੱਤੇ ਕਲਿੱਕ ਕਰੋ। ਹੁਣ ਰਿਜ਼ਲਟ ਪੰਨਾ ਲੱਭੋ ਜਿਹੜਾ ਬੁਕਿੰਗ ਕੀਤੀਆਂ ਜਾਣ ਵਾਲੀਆਂ ਸੀਟਾਂ ਦੀ ਉਪਲਬਧਤਾ ਵਿਖਾਉਂਦਾ ਹੈ। ਸਫ਼ਰ ਵਿੱਚ ਬੱਸ ਦੀ ਕਿਸਮ, ਸਹੂਲਤਾਂ, ਠਹਿਰਨਾ ਅਤੇ ਉਤਰਨਾ ਪੁਆਇੰਟਸ ਨੂੰ ਵੇਖਦੇ ਹੋਏ ਆਪਣੇ ਸਫ਼ਰ ਦੇ ਨਤੀਜੇ ਚੁਣੋ। ਸੀਟਾਂ ਵੇਖੋ, ਜਿਹੜੀ ਸੀਟ ਬੁੱਕ ਕਰਨਾ ਚਾਹੁੰਦੇ ਹੋ ਉਸ ਉੱਤੇ ਕਲਿੱਕ ਕਰੋ ਅਤੇ ਚੜ੍ਹਨ ਉਤਰਨ ਦੇ ਬਿੰਦੂ ਚੁਣੋ ਅਤੇ ਫਿਰ ਕੰਟੀਨਿਊ ਬਟਨ ਦੱਬੋ। ਹੁਣ ਨਿੱਜੀ ਵੇਰਵੇ ਭਰੋ। ਜੇ ਤੁਹਾਡੇ ਕੋਲ ਕੋਈ ਨਗਦ ਕੂਪਨ ਜਾਂ ਕੋਡ ਪ੍ਰਸਤਾਵਤ ਹੈ ਤਾਂ ਇਸਤੇਮਾਲ ਕਰੋ। ਹੁਣ ਵੈਬਸਾਈਟ ਉੱਤੇ ਦਿਸਦੇ ਭੁਗਤਾਨ ਦੇ ਤਰੀਕੇ ਵਿੱਚੋਂ ਕੋਈ ਇੱਕ ਚੁਣ ਕੇ ਇਸਤੇਮਾਲ ਕਰਦੇ ਹੋਏ ਆਨਲਾਈਨ ਭੁਗਤਾਨ ਕਰੋ। ਇਹ ਵਿੰਡੋ ਡੈਬਿਟ ਜਾਂ ਕ੍ਰੈਡਿਟ ਕਾਰਡ ਦੇ ਜ਼ਰੀਏ ਭੁਗਤਾਨ ਕਰਨ ਵਾਸਤੇ ਹੈ। ਇਹ ਵਿੰਡੋ ਨੈੱਟ ਬੈਂਕਿੰਗ ਦੇ ਜ਼ਰੀਏ ਭੁਗਤਾਨ ਕਰਨ ਵਾਸਤੇ ਹੈ। ਹੁਣ redbus ਵੈਬਸਾਈਟ ਇਸਤੇਮਾਲ ਕਰਦੇ ਹੋਏ ਦਿੱਲੀ ਤੋਂ ਹਰਿਦੁਆਰ ਤੱਕ ਬੱਸ ਦੀ ਟਿਕਟ ਬੁੱਕ ਕਰਨ ਦੀ ਕੋਸ਼ਿਸ਼ ਕਰੋ। ਇਹ ਮੈਂ ਕਰ ਸਕਦਾ ਹਾਂ। redbus ਵੈਬਸਾਈਟ ਉੱਤੇ ਜਾਓ। ਕਦਮ 2, ਫਰੋਮ ਖੇਤਰ ਵਿੱਚ ਦਿੱਲੀ ਦਾਖਲ ਕਰੋ ਅਤੇ 2 ਖੇਤਰ ਵਿੱਚ ਹਰਿਦੁਆਰ ਦਾਖਲ ਕਰੋ। ਕਦਮ 3, ਸਫ਼ਰ ਦੀ ਤਾਰੀਖ ਚੁਣੋ। ਕਦਮ 4, ਸਰਚ ਬੱਸਿਸ ਉੱਤੇ ਕਲਿੱਕ ਕਰੋ ਤਾਂ ਵੱਖ ਵੱਖ ਬੱਸਾਂ ਦੇ ਵੇਰਵੇ ਦਿਸਣਗੇ। ਕਦਮ 5, ਆਪਣੇ ਮਹੱਤਵ ਦੀ ਬੱਸ ਉੱਤੇ ਵਿਊ ਸੀਟਸ ਉੱਤੇ ਕਲਿੱਕ ਕਰੋ। ਕਦਮ 6, ਸੀਟ ਚੁਣੋ ਅਤੇ ਜੇ ਲੋੜ ਹੈ ਤਾਂ ਬੋਰਡਿੰਗ ਪੁਆਇੰਟਸ ਚੁਣੋ। ਕਦਮ 7, ਕੰਟੀਨਿਊ ਬਟਨ ਉੱਤੇ ਕਲਿੱਕ ਕਰੋ, ਇੱਕ ਫਾਰਮ ਦਿਸੇਗਾ। ਕਦਮ 8, ਆਪਣੇ ਨਿੱਜੀ ਵੇਰਵੇ ਦਾਖਲ ਕਰੋ ਅਤੇ ਭੁਗਤਾਨ ਦਾ ਵਿਕਲਪ ਚੁਣੋ। ਕੀ ਅਸੀਂ ਆਪਣੇ ਮੋਬਾਈਲ ਫੋਨ ਉੱਤੇ ਇੰਟਰਨੈਟ ਜੋੜ ਕੇ redbus ਇਸਤੇਮਾਲ ਕਰਦੇ ਹੋਏ ਬੱਸ ਟਿਕਟਾਂ ਬੁੱਕ ਕਰ ਸਕਦੇ ਹਾਂ? ਜ਼ਰੂਰ, ਇਹਨੂੰ ਕਰਨ ਵਾਸਤੇ ਤੁਹਾਨੂੰ redbus ਅਰਜ਼ੀ ਇੰਸਟਾਲ ਕਰਨ ਦੀ ਲੋੜ ਹੈ। ਇਹ ਕਰਨ ਵਾਸਤੇ ਇਹਨਾਂ ਕਦਮਾਂ ਉੱਤੇ ਚੱਲੋ। ਪਹਿਲਾਂ ਪਲੇ ਸਟੋਰ ਉੱਤੇ ਜਾਓ, redbus ਅਰਜ਼ੀ ਲੱਭੋ ਅਤੇ ਆਪਣੇ ਸਮਾਰਟਫੋਨ ਵਿੱਚ ਇੰਸਟਾਲ ਕਰੋ। ਜਦੋਂ ਇੰਸਟਾਲੇਸ਼ਨ ਪੂਰੀ ਹੋ ਜਾਵੇ, ਆਪਣੀ ਬੁਕਿੰਗ ਪ੍ਰਕਿਰਿਆ ਸ਼ੁਰੂ ਕਰਨ ਵਾਸਤੇ ਅਰਜ਼ੀ ਖੋਲੋ। ਹੁਣ ਫਰੋਮ ਅਤੇ ਟੂ ਖੇਤਰਾਂ ਵਿੱਚ ਆਪਣੇ ਸਫ਼ਰ ਦਾ ਸੋਮਾ ਅਤੇ ਮੰਜ਼ਿਲ ਦਾਖਲ ਕਰੋ। ਜਦੋਂ ਤੁਸੀਂ ਸੋਮਾ ਅਤੇ ਮੰਜ਼ਿਲ ਦਾਖਲ ਕਰ ਲੈਂਦੇ ਹੋ, ਕੈਲੰਡਰ ਤੋਂ ਤਾਰੀਖ ਚੁਣੋ ਅਤੇ ਫਿਰ ਸਰਚ ਬਸਿਸ ਬਟਨ ਉੱਤੇ ਕਲਿੱਕ ਕਰੋ। ਹੁਣ ਦਿਸਦੇ ਵਿਕਲਪਾਂ ਵਿੱਚੋਂ ਆਪਣੀ ਪਸੰਦ ਦੇ ਮੁਤਾਬਕ ਕੋਈ ਇੱਕ ਚੁਣੋ। ਹੁਣ ਆਪਣੀ ਸੀਟ ਚੁਣੋ ਅਤੇ ਆਪਣੇ ਚੜ੍ਹਨ ਦੀ ਥਾਂ ਦਾਖਲ ਕਰੋ ਅਤੇ ਫਿਰ ਕੰਟੀਨਿਊ ਬੁਕਿੰਗ ਬਟਨ ਉੱਤੇ ਕਲਿੱਕ ਕਰੋ। ਹੁਣ ਆਪਣੇ ਸੰਪਰਕ ਦੇ ਵੇਰਵੇ ਦਾਖਲ ਕਰੋ, ਜਿਵੇਂ ਨਾਂ, ਈਮੇਲ ID, ਸੰਪਰਕ ਨੰਬਰ, ਉਮਰ ਅਤੇ ਲਿੰਗ, ਅਤੇ ਫਿਰ ਕੰਟੀਨਿਊ ਬੁਕਿੰਗ ਬਟਨ ਉੱਤੇ ਕਲਿੱਕ ਕਰ ਦਿਓ। ਹੁਣ ਉਪਲਬਧ ਵਿਕਲਪਾਂ ਉੱਤੇ ਕਿਸੇ ਇੱਕ ਦਾ ਇਸਤੇਮਾਲ ਕਰਦੇ ਹੋਏ ਭੁਗਤਾਨ ਕਰੋ। ਤੇ ਇਹ ਹੈ ਕਿ ਕਿਸ ਤਰ੍ਹਾਂ ਤੁਸੀਂ ਆਨਲਾਈਨ ਟਿਕਟਾਂ ਬੁੱਕ ਕਰ ਸਕਦੇ ਹੋ। ਧੰਨਵਾਦ ਦੀਦੀ, ਇਹ ਜਾਣਕਾਰੀ ਸਾਡੀ ਬਹੁਤ ਮਦਦ ਕਰੇਗੀ। ਹਾਂ, ਕਿਉਂ ਨਹੀਂ, ਚਲੋ ਹੁਣ ਇਹ ਗਤੀਵਿਧੀ ਜਾਂਚਦੇ ਹਾਂ। ਗੀਤਾ, ਇੱਥੇ ਸਾਡੇ ਪਿੰਡ ਵਿੱਚ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਬਾਰੇ ਨਵੀਂ ਜਾਣਕਾਰੀ ਨਹੀਂ ਮਿਲਦੀ? ਜ਼ਰੂਰ ਚਾਚਾ ਜੀ, ਭਾਰਤ ਸਰਕਾਰ ਕੇਂਦਰ ਅਤੇ ਰਾਜ ਦੋਵੇਂ ਪੱਧਰ ਉੱਤੇ
ਕਈ ਜਾਣਕਾਰੀਆਂ ਅਤੇ ਸੇਵਾਵਾਂ ਨਾਗਰਿਕਾਂ ਨੂੰ ਆਨਲਾਈਨ ਪ੍ਰਸਤਾਵਿਤ ਕਰ ਰਹੀ ਹੈ ਇਹ ਦੱਸਣ ਲਈ ਕਿ ਈ ਗਵਰਨੈਂਸ ਇੱਕ ਸੱਚ ਹੈ। ਤੁਸੀਂ ਇਹਨਾਂ ਸਾਈਟਸ ਨੂੰ ਚੈੱਕ ਕਰਨ ਵਾਸਤੇ ਇੰਟਰਨੈਟ ਇਸਤੇਮਾਲ ਕਰ ਸਕਦੇ ਹੋ।